ਟੈਲੀਫੋਨ ਆਇਆ, ਕੁਲਵਿੰਦਰ ਸਿੰਘ ਕਿੱਥੇ ਆ? ਪ੍ਰੈਸ਼ਰ ਕੋਈ ਨਾ ਸੀ, ਉਹਦਾ ਆਪਣੇ ਹੀ ਜਨੂੰਨ ਸੀ। ਉਹ ਮੈਂ ਜਦ ਹਾਂ ਵੀਰੂ ਕਿਆ ਹਾਲ ਆ, ਠੀਕ ਹੈ ਡੈਡੀ, ਉਹਨਾਂ ਇੱਕ ਵਾਰੀ ਡੈਡੀ ਕਹਿ ਦੇਣਾ, ਮੁੜ ਕੇ ਕਹਿਣਾ ਯਾਰ ਆ ਕੰਮ ਇੱਦਾਂ ਅਤੇ ਇੱਦਾਂ। 14/2019 ਨੂੰ 4:15 ਟੈਲੀਫੋਨ ਆਇਆ, ਚਿੱਠੀ ਲੇਟ ਆਉਂਦੀ ਆ ਇਹਨਾਂ ਦੀ CRP, ਜਿੱਦਾਂ ਰਾਤ ਕੋ ਕਾਨਵਾਈ ਚੱਲੀ ਸੀ, ਬੱਸ ਬਲਾਸਟ ਹੋ ਗਈ। ਕਹਿੰਦਾ ਪਾਪਾ ਕੁਲਵਿੰਦਰ ਸਾਡਾ ਅਡਾਰੀ ਬਾਰ, ਮੇਰਾ ਤਾਂ ਉੱਥੇ ਕਾਲਜਾ ਫਟ ਗਿਆ, ਕਿਆ ਕਰਨਾ, ਇਹ ਧੋਖਾ ਹੋਇਆ, ਬਹੁਤ ਵੱਡਾ ਧੋਖਾ ਹੋਇਆ, ਜਿਹਦੇ ਕਰਕੇ ਹੁਣ ਵੀ ਅਸੀਂ ਭਟਕਦੇ ਫਿਰ। ਸੰਜੇ ਕਹਿੰਦਾ ਬਾਪੂ ਕਹਿੰਦਾ ਦੇਖ, ਕਹਿੰਦਾ ਕਿੱਦਾਂ ਦੇਖ ਰਿਹਾ, ਇਹ ਗੌਰਮੈਂਟ ਨਾ ਜਾਣ ਬੁੱਝ ਕੇ ਕਰਾਇਆ ਹੈ, ਵੋਟਾਂ ਖਾਤਰ ਹੋ ਰਿਹਾ। ਬਿਲਕੁਲ, ਉਦੋਂ ਵੋਟਾਂ ਹੁੰਦੀਆਂ ਸੀ, ਵੋਟਾਂ ਖਾਤਰ ਮੋਦੀ ਨੇ ਵੋਟਾਂ ਖਾਤਰ ਕਰਾਇਆ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਨਵੀਂ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੋਂ ਸਟਾਰਟ ਕਰਾਂ, ਹੈ ਨਾ। ਅਤੇ ਸਾਹਮਣੇ ਬਾਪੂ ਜੀ ਬੈਠੇ ਆ, ਮਾਤਾ ਜੀ ਬੈਠੇ ਆ। ਆਪਾਂ ਸਾਰਿਆਂ ਨੂੰ ਯਾਦ ਹੀ ਹੋਣਾ ਪੁਲਵਾਮਾ, ਜਦੋਂ ਵੀ 2019 ਦੇ ਵਿੱਚ ਪੁਲਵਾਮਾ ਦੇ ਵਿੱਚ ਆਪਣੇ ਨੌਜਵਾਨ ਸ਼ਹੀਦ ਹੋਏ ਆ। ਅੱਜ ਬੈਠਿਆਂ ਦੀ ਉਹ ਸ਼ਹੀਦ ਪਰਿਵਾਰ ਦੇ ਘਰ ਸ਼ਹੀਦ ਭਾਈ ਕੁਲਵਿੰਦਰ ਸਿੰਘ ਜੀ, ਜਿਨ੍ਹਾਂ ਦਾ ਜਨਮ 24/12/1992 ਨੂੰ ਹੋਇਆ, ਪਿੰਡ ਰੌਲੀ, ਜ਼ਿਲ੍ਹਾ ਰੋਪੜ, ਤਹਿਸੀਲ ਅਨੰਦਪੁਰ ਸਾਹਿਬ ਦੇ ਵਿੱਚ, ਅਤੇ ਜਿਨ੍ਹਾਂ ਨੇ 14/2/2019 ਨੂੰ ਪੁਲਵਾਮਾ ਦੇ ਵਿੱਚ ਇੱਕ ਅਟੈਕ ਹੁੰਦਾ ਜਦੋਂ, ਉਦੋਂ ਉਹ ਸ਼ਹੀਦ ਹੋ ਗਏ ਆ। ਮੇਰੇ ਕੋਲ ਲਫ਼ਜ਼ ਨਹੀਂ ਆ, ਮੈਂ ਕਿਵੇਂ ਤੁਹਾਨੂੰ ਬੋਲ ਕੇ ਦੱਸ ਸਕਾਂ ਵੀ ਮੈਂ ਕਿਹਨਾਂ ਨਾਲ ਤੁਹਾਡੀ ਮੁਲਾਕਾਤ ਕਰਾ ਰਿਹਾ। ਅੱਜ ਉਸ ਸ਼ਹੀਦ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕੁਲਵਿੰਦਰ ਸਿੰਘ ਜੀ ਦੇ ਸੁਭਾਅ ਬਾਰੇ, ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਪੁਲਵਾਮਾ ਦੇ ਵਿੱਚ ਸ਼ਹੀਦ ਹੋ ਗਏ ਆ, ਅਤੇ ਉਸ ਵੇਲੇ ਪਰਿਵਾਰ 'ਤੇ ਜੋ ਕਹਿਰ ਟੁੱਟਾ, ਸਾਰਾ ਕੁਛ ਜਾਣਦੇ ਹਾਂ। ਕਿਉਂਕਿ ਜਦੋਂ ਪੁਲਵਾਮਾ ਦੇ ਵਿੱਚ ਆਪਣੇ ਨੌਜਵਾਨ ਸ਼ਹੀਦ ਹੁੰਦੇ ਆ, ਤਾਂ ਭਾਈ ਕੁਲਵਿੰਦਰ ਸਿੰਘ ਜੀ ਦਾ ਥੋੜ੍ਹੇ ਮਹੀਨਿਆਂ ਬਾਅਦ ਆਨੰਦ ਕਾਰਜ ਜਿਹੜਾ ਹੋਣਾ ਸੀ, ਮਤਲਬ ਵਿਆਹ ਹੋਣਾ ਸੀ, ਉਹਨਾਂ ਨੇ ਇੱਕ ਨਵੀਂ ਜ਼ਿੰਦਗੀ ਸਟਾਰਟ ਕਰਨੀ ਸੀ। ਪਰ ਕਹਿੰਦੇ ਹੁੰਦੇ ਆ ਵੀ ਪਤਾ ਨਹੀਂ ਕਦੋਂ ਕਿਹੜਾ ਭਾਣਾ ਵਰਤ ਜਾਣਾ। ਬਾਪੂ ਜੀ ਦਾ ਇਕੱਲਾ ਸਪੁੱਤਰ ਸੀ ਜਿਹੜਾ ਅੱਜ ਆਪਣੇ ਦੇਸ਼ ਲਈ ਸ਼ਹੀਦ ਹੋ ਚੁੱਕਾ, ਅਤੇ ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਾਤਾ ਜੀ। ਬਾਪੂ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਕੁਲਵਿੰਦਰ ਸਿੰਘ ਭਾਅ ਜੀ ਕਿੰਨੀ ਉਮਰ ਸੀ ਜਦੋਂ ਆਪਣੀ ਫੌਜ ਦੇ ਵਿੱਚ ਭਰਤੀ ਹੋਇਆ? ਲੈਟਰ ਪੈਡ ਦਾ ਭਰਤੀ ਤਾਂ ਉਹ ਪਹਿਲਾਂ ਹੋ ਗਿਆ ਸੀ। ਠੀਕ ਹੈ ਜੀ। ਅਤੇ ਪਹਿਲੇ ਉਹਨੇ ITI ਵੀ ਕੀਤੀ ਆ। ਹਾਂਜੀ, ਸਾਰੀ ਚੀਜ਼ ਕੀਤੀ, ਫਿਰ ਉਹ ਭਰਤੀ ਪਹਿਲੇ ਹੋ ਗਿਆ ਸੀ। ਚਿੱਠੀ ਲੇਟ ਆਉਂਦੀ ਆ ਇਹਨਾਂ ਦੀ CRP, ਜਿੱਦਾਂ ਇਕੱਠੀਆਂ ਹੁੰਦੀਆਂ ਨਾ ਭਰਤੀਆਂ, BSF, CRP, IP, BTC, ਇਹਨਾਂ ਦੀਆਂ ਇਕੱਠੀਆਂ ਭਰਤੀਆਂ ਹੁੰਦੀਆਂ। ਚਿੱਠੀ ਲੇਟ ਆਈ ਆ ਦੋ ਸਾਲ ਬਾਅਦ ਤੋਂ। ਠੀਕ। ਫਿਰ ਇਹਨਾਂ ਦਾ ਟੈਸਟ ਹੋਇਆ ਅਤੇ ਆਪਣਾ ਉੱਥੇ ਅੰਮ੍ਰਿਤਸਰ ਜੀ, ਫਿਰ ਇਹਨਾਂ ਦਾ ਮੈਡੀਕਲ ਦੀ ਚਿੱਠੀ ਆਈ ਆ, ਮੈਡੀਕਲ ਵੀ ਅੰਮ੍ਰਿਤਸਰ ਹੋਇਆ, ਕਲੀਅਰ ਹੋ ਗਿਆ। ਫਿਰ ਉਹਦੇ ਬਾਅਦ 'ਤੇ ਚਿੱਠੀ ਆਈ ਆ ਫਿਰ 2014 'ਚ ਵੀ ਤੁਸੀਂ ਇੱਥੇ ਰਿਜਾਇਨ ਕਰੋ,
ਆਪਣਾ 2014 ਦੇ। ਠੀਕ ਹੈ। ਫਿਰ ਇਹਨਾਂ ਨੇ ਇੱਥੇ ਪੰਜੌਰ ਜਾ ਕੇ ਅਧਿਐਨ ਕੀਤਾ। ਪੰਜੌਰ ਜਾ ਕੇ ਜੁਆਇਨਿੰਗ ਕੀਤੀ। ਹਾਂ, ਜੁਆਇਨਿੰਗ 2014 ਦੇ ਵਿੱਚ। 2014 ਠੀਕ ਹੈ ਜੀ। ਅਤੇ ਟ੍ਰੇਨਿੰਗ ਵੀ ਕੀਤੀ ਆ ਸੂਰਤਗੜ੍ਹ, ਇਹਨਾਂ ਨੇ ਸੂਰਤਗੜ੍ਹ ਟ੍ਰੇਨਿੰਗ ਕੀਤੀ ਆ। ਉੱਥੋਂ ਟ੍ਰੇਨਿੰਗ ਕਰਕੇ ਫਿਰ ਇਹ ਗਏ ਆ ਸ਼੍ਰੀਨਗਰ। ਜ਼ਿਆਦਾਤਰ ਕਹਿੰਦੇ ਹੁੰਦੇ ਆ ਜਦੋਂ ਕੋਈ ਵੀ ਪਰਿਵਾਰ ਆ, ਹੈ ਨਾ, ਪਰਿਵਾਰ ਦੇ ਵਿੱਚ ਜਿੱਦਾਂ ਜਾਂ ਤਾਂ ਜਿਹੜੇ ਜਿੱਦਾਂ ਜੋ ਸਾਡੇ ਪੇਰੈਂਟਸ ਕਰਦੇ ਆ ਜਾਂ ਸਾਡੇ ਆਪਾਂ ਰਿਸ਼ਤੇਦਾਰ ਹੁੰਦੇ ਆ, ਵੀ ਫਲਾਨੇ ਦਾ ਬੱਚਾ ਭਰਤੀ ਹੋ ਗਿਆ। ਕੁਲਵਿੰਦਰ ਭਾਅ ਜੀ ਨੂੰ ਮਤਲਬ ਸ਼ੌਂਕ ਸੀ, ਮਤਲਬ ਇਹ ਉਹਨਾਂ ਦਾ ਇੱਕ ਜਨੂਨ ਸੀ ਭਰਤੀ ਹੋਣਾ, ਜਾਂ ਫਿਰ ਤੁਹਾਡੇ ਵੱਲੋਂ ਕੋਈ ਪ੍ਰੈਸ਼ਰ ਕੀਤਾ ਸੀ ਕਿ ਪੁੱਤ ਤੂੰ ਜਾ? ਪ੍ਰੈਸ਼ਰ ਕੋਈ ਨਾ, ਉਹਦਾ ਆਪਣੇ ਹੀ ਜਨੂਨ ਸੀ। ਠੀਕ ਹੈ। ਵੀ ਮੈਂ ਫੌਜ ਵਿੱਚ ਭਰਤੀ ਹੋਣਾ, ਦੇਸ਼ ਸੇਵਾ ਲਈ। ਦੇਸ਼ ਸੇਵਾ ਲਈ। ਠੀਕ ਹੈ ਜੀ। ਬਾਪੂ ਜੀ, ਮੈਂ ਪੁੱਛਣਾ ਚਾਹੁੰਦਾ ਤੁਸੀਂ ਕੀ ਮਤਲਬ ਕਰਦੇ ਆ? ਮੈਂ ਡਰਾਈਵਰੀ ਕਰਦਾ ਸੀ। ਅੱਛਾ, ਤੁਸੀਂ ਇੱਕ ਡਰਾਈਵਰ ਸੀ? ਡਰਾਈਵਰ। ਠੀਕ ਹੈ ਜੀ, ਠੀਕ ਹੈ। ਮੇਰਾ ਵੀ ਇਹ ਨਾ ਸਮਾਗਸਤ ਵੀ ਮੈਂ ਇਹਨੂੰ ਇਸ ਕਿੱਤੇ 'ਚ ਪਾਵਾਂ, ਡਰਾਈਵਰੀ 'ਚ ਪਾਵਾਂ। ਠੀਕ। ਵੀ ਜਾਂ ਕੋਈ ਨੌਕਰੀ ਕਰੇ, ਜਾਂ ਕੋਈ ਕਿਸੇ ਵੀ ਚੀਜ਼ ਦਾ ਕੋਈ ਵੀ ਹੈਗਾ, ਪਰ ਜੇ ਇਹ ਪੰਜਾਬ ਪੁਲਿਸ 'ਚ ਵੀ ਹੋ ਗਿਆ ਬਸ, ਅਤੇ ਉੱਧਰ ਜੇਲ੍ਹ ਪੁਲਿਸ ਦੀ ਚਿੱਠੀ ਆ ਗਈ। ਜੇ ਚਿੱਠੀਆਂ ਆ ਗਈਆਂ ਤਾਂ ਤਿੰਨ ਤਿੰਨ ਆ ਗਈ। ਅੱਛਾ ਜੀ, ਮਤਲਬ ਪੰਜਾਬ ਪੁਲਿਸ ਲਈ ਵੀ ਟ੍ਰਾਇਲ ਦਿੱਤਾ ਹੋਇਆ ਸੀ, ਤਾਂ ਉੱਧਰੋਂ ਆਰਮੀ ਲਈ ਵੀ ਟ੍ਰਾਇਲ ਦਿੱਤਾ ਹੋਇਆ ਸੀ। ਜਦੋਂ ਆਰਮੀ ਜੁਆਇਨ ਕਰ ਲਈ ਤਾਂ ਪਹਿਲੇ ਜਦੋਂ ਇਕੱਠੀਆਂ, ਇੱਕ ਦੋ ਦਿਨ ਦਾ ਫਰਕ ਪਿਆ, ਚਿੱਠੀਆਂ ਆ ਗਈਆਂ। ਠੀਕ। ਮੈਨੂੰ ਕਹਿੰਦਾ, ਡੈਡੀ ਕਹਿੰਦਾ ਮੈਂ ਹੁਣ ਕਿਹੜੀ 'ਚ ਜਾਵਾਂ? ਮੈਂ ਕਿਹਾ ਵੀਰੂ ਦੇਖ ਲਾ, ਯਾਰ ਪੰਜਾਬ ਪੁਲਿਸ 'ਚ ਜਾ। ਕਹਿੰਦਾ ਨਹੀਂ, ਪੰਜਾਬ ਪੁਲਿਸ 'ਚ ਨਹੀਂ ਜਾਣਾ, ਨਾ ਕਹਿੰਦਾ ਜੇਲ੍ਹ 'ਚ ਜਾਣਾ। ਠੀਕ ਆ, ਮੈਂ ਫੌਜ 'ਚ ਜਾਣਾ। ਅਤੇ ਬਾਪੂ ਜੀ, ਜਿੱਦਾਂ ਤੁਸੀਂ ਦੱਸਦੇ ਆ ਵੀ ਵੀਰੂ, ਵੀਰੂ ਤੁਸੀਂ ਭਾਅ ਜੀ ਨੂੰ ਪਿਆਰ ਨਾਲ ਘਰ ਦਾ ਨਾਂ ਸੀ? ਪਿਆਰ ਦੇ ਨਾਂ ਦਾ। ਠੀਕ ਆ ਜੀ। ਪਿਆਰ ਦੇ ਨਾਂ ਦਾ, ਜਦੋਂ ਵੀ ਕਿਤੇ ਵੀ ਉਹਦਾ ਉੱਧਰੋਂ ਵੀ ਟੈਲੀਫੋਨ ਆਉਣਾ, ਵੀ ਮੈਂ ਦੇਖ ਲੈਣਾ ਵੀ ਹੁਣ ਭਰਿਆ ਵਾ ਹੁੰਦਾ ਤਾਂ ਕੁਲਵਿੰਦਰ ਦਾ ਨਾਂ, ਉਹ ਮੈਂ ਜਦ ਹਾਂ ਵੀਰੂ ਕਿਆ ਹਾਲ ਆ? ਠੀਕ ਆ ਜੀ। ਠੀਕ ਆ ਡੈਡੀ, ਉਹਨਾਂ ਇੱਕ ਵਾਰੀ ਡੈਡੀ ਕਹਿ ਦੇਣਾ, ਮੁੜ ਕੇ ਕਹਿਣਾ ਯਾਰ ਆ ਕੰਮ ਇੱਦਾਂ ਅਤੇ ਇੱਦਾਂ। ਸਾਡਾ ਕੋਈ ਇਹਦੇ 'ਚ ਉਹ ਨਸ ਹੈਗਾ, ਬਾਪ ਪੁੱਤ ਵਾਲਾ ਰਿਸ਼ਤੇ ਨਾ ਸਾ, ਯਾਰਾਂ ਦੋਸਤਾਂ ਵਾਲਾ ਰਿਸ਼ਤਾ ਦਾ ਕਦੇ ਕੁਛ ਵੀ ਹੈਗਾ, ਹੱਸ ਤੁਸ ਕੇ ਰਹਿਣਾ ਕਦੇ ਵੀ ਹੋਇਆ। 14/2019 ਜਦੋਂ ਦਿਨ ਚੜਿਆ, ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਸਾਡਾ ਪੁੱਤ ਜਿਹੜਾ ਕੁਲਵਿੰਦਰ ਆ ਦੇਸ਼ ਲਈ ਸ਼ਹੀਦ ਹੋ ਗਿਆ? 14/2019 ਨੂੰ 4 ਵਜੇ, 4:15 ਟੈਲੀਫੋਨ ਆਇਆ। ਟੈਲੀਫੋਨ ਆਇਆ, ਕੁਲਵਿੰਦਰ ਸਿੰਘ ਕਿੱਥੇ ਆ? ਮੈਂ ਕਿਹਾ ਜੀ ਕੁਲਵਿੰਦਰ ਸਿੰਘ ਜੰਮੂ ਆ। ਹੈਂ? ਮੈਂ 92 ਬਟਾਲੀਅਨ ਤੋਂ ਬੰਦਾ ਬੋਲ ਰਿਹਾ ਜੀ। ਮੈਂ ਕਿਹਾ ਚਲੋ ਉਹਦਾ ਯਾਰ ਦੋਸਤ ਬੋਲ ਰਿਹਾ, ਨਹੀਂ ਟੈਲੀਫੋਨ ਲੱਗਦਾ ਤਾਂ ਮੈਂ ਲਾਉਂਦਾ ਟੈਲੀਫੋਨ। ਮੈਂ ਜਿਸ ਵੇਲੇ ਟੈਲੀਫੋਨ ਲਾਇਆ ਉਹਨੂੰ, ਕੁਲਵਿੰਦਰ ਨੂੰ, ਤਾਂ ਹੁਣ ਉਹ ਨੈਟਵਰਕ ਖੇਤਰ ਤੋਂ ਬਾਹਰ ਆ, ਕੋਈ ਪਤਾ ਨਾ ਲੱਗੇ। ਹਾਂਜੀ, ਕਦੇ ਕਿਸੇ ਪਾਸੇ ਜਾਵਾਂ, ਕਦੇ ਕਿਸੇ। ਮੈਂ ਕਿਹਾ ਚੱਲ ਉਹਦੇ ਯਾਰ ਦੋਸਤ ਦਾ ਟੈਲੀਫੋਨ ਆਇਆ, ਮੈਂ ਹੀ ਦੱਸ ਦਿੰਦਾ। ਮੁੜ ਕੇ ਮੈਂ ਆਪਣੇ ਤਾਏ ਦੇ ਮੁੰਡੇ ਕੋਲ ਗਿਆ, ਮੈਂ ਕਿਹਾ ਮੁੰਡੇ ਦੇ ਮੁੰਡੇ ਕੋਲ ਗਿਆ, ਮੈਂ ਕਿਹਾ ਪਤਾ ਟੈਲੀਫੋਨ ਨਹੀਂ ਲੱਗਦਾ, ਵੀ ਤੂੰ ਲਾ ਕੇ ਦੇਖ, ਮੇਰੇ ਪਤਾ ਨਹੀਂ ਮੇਰੇ ਫੋਨ 'ਤੇ ਖਰਾਬੀ ਆ, ਉਹਨਾਂ ਲਾਇਆ ਉਹਨੂੰ। ਫਿਰ ਇੱਦਾਂ ਹੀ ਇੱਥੇ ਦੂਜੇ ਟੈਲੀਫੋਨ 'ਤੇ ਟੈਲੀਫੋਨ ਆ ਗਿਆ, ਫਿਰ ਗੱਲ ਕੀਤੀ, ਪਰ ਉਹ 'ਤੇ ਗੱਲ ਨਹੀਂ ਹੋਈ, ਦੂਜੇ 'ਤੇ ਹੋਈ ਆ। ਮੈਂ ਕਿਹਾ ਜੀ ਕੁਲਵਿੰਦਰ ਸਿੰਘ ਘਰ ਪਰ ਹੈਗਾ? ਮੈਂ ਕਿਹਾ ਜੀ ਘਰ ਪਰ ਨਹੀਂ ਹੈਗਾ, ਉਹ ਤਾਂ ਜੰਮੂ ਪਹੁੰਚ ਗਿਆ ਵਾ। ਅੱਛਾ ਜੀ। ਕਹਿੰਦੇ ਜੰਮੂ ਪਹੁੰਚ ਗਿਆ ਵਾ, ਵੀ ਇੱਦਾਂ ਰਾਤ ਕੋ ਕਾਨਵਾਈ ਚੱਲੀ ਸੀ, ਬੱਸ ਬਲਾਸਟ ਹੋ ਗਈ। ਅੱਛਾ ਜੀ। ਮੈਂ ਕਿਹਾ ਜੀ ਕਿਤਨੇ ਵਜੇ ਹੋਈ, ਕਿਤਨੇ ਵਜੇ ਨਹੀਂ ਹੋਈ, ਕੋਈ ਨਹੀਂ ਉਹਨਾਂ ਨੇ ਦੱਸਿਆ, ਫੋਨ ਕੱਟ ਦਿੱਤਾ। ਫਿਰ ਉਹ ਟੈਲੀਫੋਨ ਕਰਦੇ ਰਹੇ, ਕਦੇ ਕੁਛ ਆ, ਹਾਂ ਜੀ ਅਸੀਂ ਜਾ ਰਹੇ। ਫਿਰ ਕਹਿੰਦੇ ਉਹ ਬੱਸ ਨਹੀਂ ਬਲਾਸਟ ਹੋਈ ਜੀ, ਦੂਜੀ ਹੋਈ ਆ, ਉਹ ਆਪਣੇ ਜਵਾਨਾਂ ਨੂੰ ਹੋਸਪਿਟਲ ਪਜਾ ਰਹੇ ਆ। ਮੈਂ ਕਿਹਾ ਚਲੋ ਇਹਦੇ ਕਰਕੇ ਨੈਟਵਰਕ ਅੜਾ ਵੀ ਜਾਂਦੇ ਆ,
ਵੀ ਉਸ ਦਿਨ ਜਵਾਨ ਸਾਂਭਣੇ ਕਿ ਘਰਦਿਆਂ ਦੇ ਫੋਨ ਸੁਣ ਪਰ ਉਹਦਾ ਕੋਈ ਕਦੇ ਕਿਸੇ ਪਾਸੇ ਟੈਲੀਫੋਨ ਕਰੀਏ ਕਦੇ ਕਿਸੇ ਪਾਸੇ ਨਹੀਂ ਪਤਾ ਲੱਗਦਾ ਅਖੀਰ ਨੂੰ 10 ਵਜੇ ਜੀ ਟੀ ਵੀ ਵੀ ਦੇਖਦੇ ਤੇ ਟੀ ਵੀ 'ਚ ਵੀ ਦੇਖੀ ਗਈ ਹੈ ਵੀ ਹਾਂ ਵੀ ਆਹ ਤਾਂ ਮੂਹਰੋਂ ਗੱਡੀ ਲੱਗਦੀ ਆ ਵੀ ਆਹ ਚੀਜ਼ ਹੁੰਦੀ ਪਰ ਉਹ ਸਾਡੇ ਮੁੰਡੇ ਦੇ ਮੋਬਾਈਲ 'ਤੇ ਉਹ ਆ ਜਾਂਦਾ ਆਪਣਾ ਲਿਸਟ ਆ ਜਾਂਦੀ ਉਹਦੇ 'ਚ ਕਹਿੰਦਾ ਵੀ ਉਹਨਾਂ ਦੇਖ ਲਈ ਲਿਸਟ ਉਹਦੇ ਬਾਅਦ ਤਾਂ ਉਹਨਾਂ ਟੀ ਵੀ ਬੰਦ ਕਰ ਦਿੱਤਾ ਕਹਿੰਦਾ ਪਾਪਾ ਕਿਆ ਚਲਾਉਣਾ ਟੀ ਵੀ ਇਸ ਵੇਲੇ ਮੈਨੂੰ ਕੋਈ ਪਤਾ ਜਿਸ ਵੇਲੇ ਨਾ ਮਾੜੀ ਮਾੜੀ ਬਰਸਾਤ ਜਿਹੀ ਲੱਗ ਰਹੀ ਸੀ ਮੈਂ ਹਾਲੇ ਜੁੱਤੀ ਪਾਈ ਜਾਨੂ ਨੂੰ ਕਹਿੰਦਾ ਪਾਪਾ ਕੁਲਵਿੰਦਰ ਸਾਡਾ ਅਟਾਰੀ ਮਾਰ ਮੇਰਾ ਤਾਂ ਉੱਥੇ ਕਾਲਜਾ ਫਟ ਗਿਆ ਇੱਧਰ ਵੀ ਟੈਲੀਫੋਨ ਆ ਗਿਆ ਪਰ ਕਿਆ ਕਰਨਾ ਇਹ ਧੋਖਾ ਹੋਇਆ ਬਹੁਤ ਵੱਡਾ ਧੋਖਾ ਹੋਇਆ ਜਿਹਦੇ ਕਰਕੇ ਹੁਣ ਵੀ ਅਸੀਂ ਭਟਕਦੇ ਫਿਰ ਉਹਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਉਹਦੀ ਘਾਟ ਨਹੀਂ ਪੂਰੀ ਹੋ ਸਕਦੀ ਕੋਈ ਵੀ 10 ਦਿਨ ਦੀ ਛੁੱਟੀ ਆਇਆ ਸੀ ਸਾਡੇ ਭਾਣਜੇ ਦਾ ਵਿਆਹ ਸੀ ਉਹ 'ਤੇ ਛੁੱਟੀ ਆਇਆ ਸੀ ਨਹੀਂ ਬਾਪੂ ਜੀ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਜਦੋਂ ਲਾਸਟ ਟਾਈਮ ਛੁੱਟੀ ਆਇਆ ਸੀ ਉਹ ਕਿੰਨੇ ਟਾਈਮ ਬਾਅਦ ਸ਼ਹੀਦ ਹੋ ਗਿਆ ਭਾਅ ਜੀ ਹੁਣੀ ਉਹ ਆਇਆ ਜੀ ਆਪਣਾ 31 ਜਨਵਰੀ ਨੂੰ ਛੁੱਟੀ ਆਇਆ ਸੀ ਹਾਂਜੀ 2019 ਨੂੰ 31 ਜਨਵਰੀ ਨੂੰ ਛੁੱਟੀ ਆਇਆ ਸੀ ਠੀਕ ਹੈ ਜੀ 10 ਦਿਨ ਦੀ ਛੁੱਟੀ ਸੀ ਠੀਕ ਹੈ ਜੀ ਅਤੇ 10 ਤਰੀਕ ਨੂੰ ਉਹ ਇੱਥੋਂ ਗਿਆ ਮਤਲਬ ਫਰਵਰੀ ਮਹੀਨੇ 10 ਤਰੀਕ ਨੂੰ ਇੱਥੇ ਗਏ ਹੋਏ ਅਤੇ 14 ਤਰੀਕ ਨੂੰ ਉਹ ਸ਼ਹੀਦ ਹੋ ਗਿਆ 14 ਤਰੀਕ ਨੂੰ ਸ਼ਹੀਦ ਠੀਕ ਹੈ ਅਤੇ ਉਸ ਟਾਈਮ ਭਾਅ ਜੀ ਦਾ ਜਿਹੜਾ ਮਤਲਬ ਰਿਸ਼ਤਾ ਹੋ ਗਿਆ ਸੀ ਰਿਸ਼ਤਾ ਤਾਂ 2 ਸਾਲ ਪਹਿਲੇ ਹੋ ਗਿਆ ਵਾ ਸੀ ਠੀਕ ਹੈ ਦੇਖਣ ਦੀ ਗੱਲ ਤਾਂ ਇਹ ਸੀ ਵੀ ਚਲੋ ਕੁਛ ਵੀ ਹੈਗਾ ਮੈਂ ਉੱਧਰ ਲਾਇਸੈਂਸ ਨਿਊ ਕਰਾਉਣ ਗਿਆ ਵਾ ਤਾਂ ਕੋਟੇ ਜਿਸ ਵੇਲੇ ਮੈਂ ਟ੍ਰੇਨ ਉਤਰਿਆ 4 ਵਜੇ ਉਤਰਿਆ ਸਵੇਰੇ ਮੈਨੂੰ ਤਾਂ ਫੋਨ ਆ ਗਿਆ ਕਹਿੰਦਾ ਡੈਡੀ 31 ਤਰੀਕ ਨੂੰ ਸਵੇਰੇ ਟੈਲੀਫੋਨ ਆਇਆ ਉਹਦਾ 4 ਵਜੇ ਡੈਡੀ ਕਿਆ ਹਾਲ ਆ ਮੈਂ ਕਿਹਾ ਠੀਕ ਆ ਯਾਰ ਕਹਿੰਦਾ ਕਿੱਥੇ ਆ ਮੈਂ ਕਿਹਾ ਮੈਂ ਅੰਬਾਲੇ ਆ ਕਹਿੰਦਾ ਮੈਂ ਵੀ ਆ ਗਿਆ ਜੰਮੂ ਮੈਂ ਕਿਹਾ ਚੱਲ ਵੀਰੂ ਠੀਕ ਆ ਵਿਆਹ ਕਰਕੇ ਹਰੇਕ ਦਾ ਅਗਲੇ ਨੂੰ ਚਾਅ ਹੁੰਦਾ ਵੀ ਚਲੋ ਆਪਣਾ ਬੱਚਾ ਹੋਵੇ ਨਾਲ ਤਾਂ ਵਿਆਹ ਅਟੈਂਡ ਕਰਤਾ ਇੱਥੇ ਆ ਗਿਆ ਮੈਂ 7 ਵਜੇ ਆ ਕੇ ਮੈਂ ਮੁੜ ਕੇ ਫਿਰ ਕੀਤਾ ਉਹਨੂੰ ਫੋਨ ਕਹਿੰਦਾ ਡੈਡੀ ਮੈਂ 8-9 ਵਜੇ ਟੈਲੀਫੋਨ ਕੀਤਾ ਮੈਂ ਕਿਹਾ ਇੱਦਾਂ ਕਹਿੰਦਾ ਡੈਡੀ ਮੈਂ ਇੱਥੇ ਪਕੌੜੇ ਰੋਟੀ ਖਾ ਰਿਹਾ ਮੈਂ ਆ ਗਿਆ ਉਹਦੇ ਬਾਅਦ 'ਤੇ ਫਿਰ ਉਹਦਾ ਟੈਲੀਫੋਨ ਆ ਗਿਆ ਕਹਿੰਦਾ ਡੈਡੀ ਕਿੱਥੇ ਆ ਤੂੰ ਮੈਂ ਕਿਹਾ ਮੈਂ ਘਰ ਆ ਕਹਿੰਦਾ ਮੈਂ ਖੂਹੀ ਕੋਲ ਪਹੁੰਚ ਗਿਆ ਮੈਂ ਕਿਹਾ ਪੁੱਤ ਮੈਂ ਮੋਟਰਸਾਈਕਲ ਲੈ ਕੇ ਆ ਜਾਂਦਾ ਤੂੰ ਝਾਚ ਚੌਂਕ ਉਹੋ ਮੈਂ ਇੱਥੇ ਤਾਂ ਜਦੇ ਮੋਟਰਸਾਈਕਲ ਲੈ ਕੇ ਚੱਲ ਪਿਆ ਮੈਂ ਕਿਹਾ ਚੱਲ ਮੈਨੂੰ ਉੱਥੇ ਮੁੰਡਾ ਮਿਲ ਗਿਆ ਸਾਡੇ ਤਾਏ ਦੇ ਮੁੰਡੇ ਦਾ ਮੁੰਡਾ ਕਹਿੰਦਾ ਭਗਤ ਕਿੱਥੇ ਚੱਲਿਆ ਮੈਂ ਕਿਹਾ ਇੱਦਾਂ ਕਰਕੇ ਮੈਂ ਵੀਰੂ ਨੂੰ ਲਿਜਾਣ ਵਾਸਤੇ ਆ ਗਿਆ ਵੀਰ ਕਹਿੰਦਾ ਹੈ ਕਹਿੰਦਾ ਮੋਟਰਸਾਈਕਲ ਤੂੰ ਮੈਨੂੰ ਦੇ ਵੀ ਮੈਂ ਲੈ ਕੇ ਆਉਣਾ ਉਹਦੇ ਕੋਲ ਬੈਗ ਹੋਣੇ ਹੋਰ ਸਮਾਨਾ ਹੋਣਾ ਵੀ ਕਿਤੇ ਸਾਂਭ ਨਹੀਂ ਹੋਣਾ ਚਲੋ ਮੈਂ ਕਿਹਾ ਬੱਚੇ ਸਾਂਭ ਲੈਂਦੇ ਉਹ ਮੈਂ ਮੋਟਰਸਾਈਕਲ ਲੈ ਕੇ ਭੇਜ ਦਿੱਤਾ ਮੈਂ ਮੁੜ ਕੇ ਇੱਥੇ ਹੀ ਜੁੱਤੀ ਜਿਹੜੀ ਅਤੇ ਮੈਂ ਕੋਠੇ ਪਰ ਚੜ੍ਹ ਗਿਆ ਜੀ ਵੀ ਦੇਖਣਾ ਕਿੱਧਰੋਂ ਆਉਂਦਾ ਕਿੱਧਰੋਂ ਨਹੀਂ ਉਹਦੀ ਡੇਕ ਜਦੋਂ ਉਹ ਪਾਰਕ ਦੇ ਕੋਲ ਆਏ ਉੱਥੇ ਉਹਨਾਂ ਦੇਖ ਲਿਆ ਉਹਨੂੰ ਕਹਿੰਦਾ ਸੰਜੇ ਕਹਿੰਦਾ ਬਾਪੂ ਕਹਿੰਦਾ ਦੇਖ ਕਹਿੰਦਾ ਕਿੱਦਾਂ ਦੇਖ ਰਿਹਾ ਮੁੜ ਕੇ ਮੈਂ ਇੱਥੋਂ ਆਹਤੇ ਆਹਤੇ ਉਤਰਿਆ ਮੈਂ ਇੱਥੇ ਪਹੁੰਚਿਆ ਇੱਥੇ ਉਹਨਾਂ ਨੇ ਮੋਟਰਸਾਈਕਲ ਜਦੇ ਮੈਨੂੰ ਕਲਾਵਾ ਭਰ ਕੇ ਨਿਆਣੇ ਮੰਗਣ ਚੱਕ ਕੇ ਮੰਜੇ 'ਤੇ ਬਿਠਾ ਦਿੱਤੇ
ਉਹੀ ਦਿਲ 'ਚ ਆਉਂਦਾ ਵੀ ਕਿਹਨੂੰ ਹੋਣਾ ਸੀ ਉਹ ਕਰਨਾ। ਮਾਤਾ ਜੀ ਵੈਸੇ ਤਾਂ ਮੈਨੂੰ ਮੈਨੂੰ ਸਮਝ ਨਹੀਂ ਆਉਂਦਾ ਵੀ ਮੈਂ ਤੁਹਾਡੇ ਨਾਲ ਗੱਲ ਕਿੱਦਾਂ ਸਟਾਰਟ ਕਰਾਂ, ਹੈ ਨਾ। ਜਿਹੜਾ ਇੱਕ ਮਾਂ ਦਾ ਦਰਦ ਆ ਉਹ ਮਾਂ ਹੀ ਮਹਿਸੂਸ ਕਰ ਸਕਦੀ ਹੈ, ਹੈ ਨਾ। ਜਦੋਂ 10 ਤਰੀਕ ਨੂੰ ਭਾਅ ਜੀ ਇੱਥੋਂ ਗਿਆ ਘਰੋਂ ਆਖਰੀ ਵਾਰੀ ਕੀ ਕਹਿ ਕੇ ਗਿਆ ਸੀ? ਮੰਮੀ ਨੇ ਕਹਿੰਦਾ ਆ ਜਾਣਾ 2 ਮਹੀਨੇ ਲਾ ਕੇ। ਮੰਮੀ ਫਿਰ ਮੈਂ 2 ਮਹੀਨੇ ਲਾ ਕੇ ਫਿਰ ਮੈਂ ਕਹਿੰਦਾ 8ਵੇਂ ਮਹੀਨੇ 'ਚ ਆਊਂਗਾ ਵਿਆਹ ਲੱਗ ਗਿਆ ਫਿਰ। ਅੱਛਾ ਜੀ, ਵਿਆਹ ਰੱਖਿਆ ਹੋਇਆ ਸੀ? ਵਿਆਹ ਰੱਖਿਆ ਹੋਇਆ ਤਾਂ 8-9 ਤਰੀਕ ਦਾ, 11ਵੇਂ ਮਹੀਨੇ ਦਾ। ਅੱਛਾ, 11ਵੇਂ ਮਹੀਨੇ 8-9 ਤਰੀਕ ਦਾ ਵਿਆਹ ਰੱਖਿਆ ਸੀ। ਹਾਂਜੀ, ਸਫਾਈਆਂ ਸਾਰੀਆਂ ਕਰ ਗਿਆ, ਵਿਆਹ ਬੂਰੀਆਂ ਸਾਰੀਆਂ ਵੀ ਕਰ ਗਿਆ, ਬਾਜੇ ਵਾਲੀ ਵੀ ਕਰ ਗਿਆ, ਗੱਡੀ ਵਾਲੇ ਵੀ ਕਰ ਗਿਆ ਸਾਰੇ। ਕਹਿੰਦਾ ਡੈਡੀ ਤੇਰੇ ਕੋਲ ਮੈਂ ਟੈਨਸ਼ਨ ਨਹੀਂ, ਕੋਈ ਛੱਡ ਗਿਆ ਤੇਰੇ ਸਿਰ ਪਰ, ਮੈਂ ਸਭ ਕੁਝ ਕਰ ਦਿਆ। ਇਹ ਸਾਰਾ ਘਰ ਵੀ ਮੈਨੂੰ ਲੱਗਦਾ ਉਦੋਂ ਪਹਿਲਾਂ ਘਰ ਬਣਾਇਆ ਸੀ ਸਾਰੇ ਸਭ ਕੁਝ ਕਰ ਲਏ। ਇਹ ਕੋਠੀ ਇਹ ਸਾਡੇ ਥੱਲੇ ਪਾ ਗਿਆ ਉਹ। ਆਈ ਦੇਖੀ ਜਾਣਾ ਬਾਪੂ। ਇੱਦਾਂ ਕਦੇ ਇੱਦਾਂ ਤਾਂ ਨਹੀਂ ਹੁੰਦਾ ਹੁਣ ਪਛਤਾਵਾ ਤਾਂ ਨਹੀਂ ਹੁੰਦਾ ਕਿ ਇਕੱਲਾ ਇਕੱਲਾ ਪੁੱਤ ਸੀ ਜਾਂ ਫੌਜ ਭੇਜਦਾ? ਪਛਤਾਵਾ ਤਾਂ ਨਹੀਂ ਵੀ ਹੁੰਦਾ ਵੀ ਚਲੋ ਸਾਡਾ ਪੁੱਤ, ਪਰ ਹੁਣ ਉਹਦੇ ਬਗੈਰੋਂ ਘਾਟ ਨਹੀਂ ਪੂਰੀ ਕੋਈ ਵੀ ਕਰ ਸਕਦਾ। ਬਿਲਕੁਲ, ਦਸਵੇਂ ਗੁਰੂ ਨੇ 4 ਪੁੱਤ ਬਾਰੇ, ਹਾਂਜੀ, ਦੇਸ਼ ਵਾਸਤੇ ਬਾਰੇ, ਕੌਮ ਵਾਸਤੇ ਬਾਰੇ। ਸਾਡਾ ਪੁੱਤ ਵੀ ਦੇਸ਼ ਵਾਸਤੇ ਗਿਆ, ਪਰ ਮੈਂ ਉਹਨੇ 4 ਵਾਰ ਦਿੱਤੇ ਤੇ ਮੇਰਾ ਕੋਲ ਗਰੀਬ ਕੋਲ ਇੱਕ ਤਾਂ ਮੈਂ ਇੱਕੋ ਹੀ ਵਾਰ। ਬਹੁਤ ਵੱਡੀ ਗੱਲ ਆ, ਸਲੂਟ ਆ ਬਾਪੂ ਜੀ ਤੁਹਾਨੂੰ ਵੀ। ਮਾਤਾ ਜੀ, ਜਦੋਂ ਭਾਅ ਜੀ ਭਰਤੀ ਹੋਇਆ ਸੀਗਾ, ਮਾਵਾਂ ਨੂੰ ਹੁੰਦਾ ਕਹਿੰਦੇ ਹੁੰਦੇ ਆ ਵੀ ਜਿੱਦਾਂ ਜਦੋਂ ਹੈ ਨਾ ਇੱਕ ਤਾਂ ਪੋਤੀ ਇਕੱਲਾ ਇਕੱਲਾ ਹੋਵੇ, ਕਹਿੰਦੇ ਹੁੰਦੇ ਰਿਸ਼ਤੇਦਾਰੀ 'ਚ ਵੀ ਨਹੀਂ 4 ਦਿਨ ਜਾਣ ਦਿੱਤੀ ਆ, ਅਤੇ ਤੁਸੀਂ ਉਸ ਵੇਲੇ ਕਿੱਦਾਂ ਮਤਲਬ ਭਾਅ ਜੀ ਨੂੰ ਕਿਹਾ ਵੀ ਭਰਤੀ ਹੋ ਜਾ, ਤੁਸੀਂ ਸਹਿਮਤ ਸੀਗੇ? ਹਾਂਜੀ, ਅੱਛਾ, ਪਹੁੰਚ ਜਾਣਾ। ਬਾਪੂ ਜੀ, ਜਿੱਥੇ ਨਾ ਇੱਕ ਦੁੱਖ ਦੀ ਘੜੀ ਆ ਜਾਂ ਦੁੱਖ ਦੀ ਸਾਰੀ ਗੱਲ ਆ, ਉੱਥੇ ਹੀ ਨਾ ਜਿਹੜਾ ਪੁਲਵਾਮਾ ਦਾ ਜੋ ਵੀ ਹਮਲਾ ਹੋਇਆ, ਜੋ ਬਲਾਸਟ ਹੋਇਆ ਹੈ ਨਾ ਆਪਣੇ ਦੇਸ਼ ਦੇ ਵਿੱਚ, ਇੱਕ ਮੰਤਰੀ ਨੂੰ ਜਦੋਂ ਕਹਿ ਦਿੰਦੇ ਕਿਸੇ ਮੰਤਰੀ ਦੇ ਘਰ ਹੈ ਨਾ, ਹੁਣ ਥੋੜ੍ਹੇ ਦਿਨ ਪਹਿਲਾਂ ਹੀ ਅੰਬਾਨੀ ਅਡਾਨੀਆਂ ਦੇ ਘਰ ਦੇ ਕੋਲ ਇੱਕ ਗੱਡੀ ਪਾਈ ਗਈ ਖੜੀ, ਅਤੇ ਉਹ ਨਿਊਜ਼ ਜਾਂ ਹੈਡਲਾਈਨਾਂ ਦੇ ਵਿੱਚ ਆ ਗਈ ਹੈ ਨਾ ਵੀ ਉਹਨਾਂ ਦੇ ਘਰ ਦੇ ਕੋਲ ਵੀ ਇੱਕ ਗੱਡੀ ਖੜੀ ਪਾਈ ਗਈ ਆ, ਹੈ ਨਾ। ਅਤੇ ਜਦੋਂ ਐਡੀ ਵੱਡੀ ਇੱਕ ਦੇਸ਼ ਦੀ ਜਿਹੜੀ ਫੌਜ ਆ, ਦੇਸ਼ ਦੀ ਫੌਜ ਦੇ ਉੱਪਰ 92 ਰੋਡ ਤੋਂ ਆ ਕੇ, ਜਿਸ ਰੋਡ ਤੋਂ ਆ ਨਹੀਂ ਸਕਦੀ ਉੱਧਰੋਂ ਗੱਡੀ, ਜਦੋਂ ਉਹਦੇ ਵਿੱਚ ਆ ਕੇ ਕੋਈ ਗੱਡੀ ਵੱਜਦੀ ਆ, ਬਲਾਸਟ ਹੁੰਦਾ, ਉਸ ਤੋਂ ਬਾਅਦ ਵਿੱਚ ਕੋਈ, ਮੈਨੂੰ ਨਹੀਂ ਲੱਗਦਾ ਕਿ ਉਹਦੀ ਕੋਈ ਪੜਤਾਲ ਅੱਜ ਤੱਕ ਕੀਤੀ ਗਈ ਆ ਵੀ ਅਟੈਕ ਹੋਇਆ ਤਾਂ ਹੋਇਆ ਕਿੱਦਾਂ। ਇਹ ਸਰਕਾਰ ਦੀ ਨਾਕਾਮੀ ਆ। ਜਦੋਂ ਉਦੋਂ TV 'ਚ ਆਉਂਦਾ ਸੀ, ਜਦੋਂ ਇਹ ਬਲਾਸਟ ਹੋਇਆ, TV 'ਚ ਨਾਲ ਦੀ ਨਾਲ ਆਉਂਦਾ ਸੀ ਵੀ 8 ਤਰੀਕ ਨੂੰ ਉਹਨਾਂ ਨਾਲ ਲੈਟਰ ਪੇਡ ਸ਼ੋ ਕੀਤਾ ਵੀ ਅਸੀਂ ਕੋਈ ਵੱਡਾ ਹਾਦਸਾ ਕਰ, ਕਿਉਂ ਉਹ ਲੈਟਰ ਪੇਡ ਸ਼ੋ ਕੀਤਾ। ਫਿਰ ਦੱਸਦੇ ਆ ਵੀ ਇਹਨਾਂ ਨਾਲ ਫੌਜ ਵਾਸਤੇ ਜਹਾਜ਼ ਦੀ ਸਹਾਇਤਾ ਮੰਗੀ ਆ, 2570 ਜਾਨ ਜਾ ਰਹੇ ਆ ਉਹਨਾਂ ਵਾਸਤੇ। ਇਹ ਮੰਤਰੀ ਮੁਕਰ ਗਏ, ਬੱਸਾਂ ਵੀ ਕਾਹਦੀਆਂ, ਸਾਦੀਆਂ ਬੱਸਾਂ 'ਚ ਕੋਈ ਵਾਟਰ ਪਰੂਫ ਬੁਲਟ ਪਰੂਫ ਬੱਸ ਹੈ ਹੀ ਨਾ। ਇਹ ਸਾਸ ਤਾਂ ਮਿਲੀ ਜੁਲੀ ਆ। ਹੁਣ ਜਿੱਦਾਂ ਉਹ DSP ਫੜਿਆ ਸੀ ਦਵਿੰਦਰ ਸਿੰਘ, ਹਾਂਜੀ, ਉਹਦੇ ਕੋਈ ਕਾਰਵਾਈ ਹੋਈ ਨਹੀਂ? ਕਿਉਂ, ਜੇ ਉਹਦੇ ਕਾਰਵਾਈ ਹੁੰਦੀ ਤਾਂ ਇਹਨਾਂ ਦੇ ਭੇਤ ਖੁੱਲ੍ਹਣੇ ਸੀ। ਇਹ ਗੌਰਮੈਂਟ ਨਾ ਜਾਣ ਬੁੱਝ ਕੇ ਕਰਾਇਆ ਹੈ, ਵੋਟਾਂ ਖਾਤਰ ਹੋ ਰਿਹਾ।
ਬਿਲਕੁਲ ਵੋਟਾਂ ਹੁੰਦੀਆਂ ਸੀ ਵੋਟਾਂ ਖਾਤਰ ਮੋਦੀ ਨੇ ਵੋਟਾਂ ਖਾਤਰ ਕਰਾਇਆ ਕੋਈ ਵੀ ਸੀ ਉਹਨਾਂ ਨੂੰ ਇਹ ਨਹੀਂ ਹੈਗੇ ਵੀ ਸਾਡੀ ਫੌਜ ਜਾਂਦੀ ਆ ਉਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਬਾਪੂ ਜੀ ਇਹ ਵੀ ਸਾਡੇ ਇੱਕ ਮੁਲਕ ਦੀ ਤਰਾਸਦੀ ਆ 21ਵੀਂ ਸਦੀ ਦੇ ਵਿੱਚ ਆ ਆਪਾਂ ਕਹਿੰਦੇ ਕਿ ਇੰਡੀਆ ਇੱਕ ਮੋਸਟ ਜਾਣੀ ਬਹੁਤ ਵੱਡੀ ਪਾਵਰ ਬਣ ਰਿਹਾ ਪਰ ਜਦੋਂ ਇਲੈਕਸ਼ਨ ਹੁੰਦੇ ਆ ਇਲੈਕਸ਼ਨ ਜਿੱਤਣ ਲਈ ਸਰਕਾਰਾਂ ਨੂੰ ਆਪਣੇ ਨੌਜਵਾਨਾਂ ਨੂੰ ਸ਼ਹੀਦ ਕਰਾਉਣਾ ਪੈਂਦਾ ਸਰਕਾਰਾਂ ਨੂੰ ਮਤਲਬ ਆਪਣੇ ਜੋ ਪਿਛਲੇ ਕੀਤੇ ਕੰਮ ਦੱਸ ਕੇ ਨਹੀਂ ਸਰਕਾਰਾਂ ਬਣਦੀਆਂ ਅੱਜ ਕੱਲ੍ਹ ਸਾਡੇ ਇਸ ਮੁਲਕ ਦੇ ਵਿੱਚ ਜਿਹੜੀਆਂ ਸਰਕਾਰਾਂ ਬਣਦੀਆਂ ਉਹ ਨੌਜਵਾਨਾਂ ਨੂੰ ਸ਼ਹੀਦ ਕਰਾ ਕੇ ਸ਼ਹੀਦ ਕਰਾ ਕੇ ਗਰੀਬਾਂ ਨੂੰ ਸ਼ਹੀਦ ਕਰਾ ਕੇ ਕੋਈ ਜਾਨਾਂ ਲੈ ਕੇ ਕਿਸੇ ਪਾਸੇ ਦੰਗੇ ਕਰਾਉਣੇ ਆ ਕਿਸੇ ਪਾਸੇ ਕੁਛ ਕਰਾਉਣਾ ਇਹਨਾਂ ਨਾਲ ਇਹਨਾਂ ਖਾਤਰ ਹੀ ਆ ਆਪਣੇ ਤੋਂ ਇਹਨਾਂ ਦੇ ਬੱਚੇ ਹੈ ਨਹੀਂ ਕੋਈ ਜੇ ਬੱਚੇ ਹੈਗੇ ਤਾਂ ਵੱਡ ਵੱਡੀਆਂ ਪੋਸਟਾਂ 'ਤੇ ਕੋਈ ਕਿਸੇ ਮੰਤਰੀ ਦਾ ਕਿਸੇ ਹੋਰ ਦਾ ਬੱਚਾ ਕਿਸੇ ਇਹ ਆਰਮੀ 'ਚ ਹੈਗਾ ਉਹ ਬਾਰਡਰਾਂ 'ਤੇ ਹੈਗੇ ਗਰੀਬਾਂ ਦੇ ਬੱਚੇ ਬਾਰਡਰਾਂ 'ਤੇ ਜੇ ਮੰਤਰੀਆਂ ਦੇ ਬੱਚੇ ਹੋਣ ਤਾਂ ਇਹ ਲੜਾਈ ਨਾ ਹੋਵੇ ਉਹਨਾਂ ਨੂੰ ਪਤਾ ਵੀ ਸਾਡੇ ਪੁੱਤ ਅੱਗੇ ਆ ਉਹ ਲੜਾਈ ਨਾ ਹੋਵੇ ਬਿਲਕੁਲ ਜੀ ਬਹਾਨੇ ਆ ਇਹ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਛੱਤੀਗੜ੍ਹ ਹੁਣ 23 ਜਵਾਨ ਸ਼ਹੀਦ ਹੋ ਗਏ ਉਹ ਕਾਹਦੇ ਖਾਤਰ ਵੋਟਾਂ ਖਾਤਰ ਬਿਲਕੁਲ ਉਹ ਮਾਂ ਬਾਪੀਆਂ ਨੂੰ ਇਹ ਸਰਕਾਰ ਸਮਝਾ ਨਹੀਂ ਸਕਦੀ ਕਿ ਉਹਨਾਂ ਦਾ ਫੈਸਲਾ ਨਹੀਂ ਕਰ ਸਕਦੀ ਬਾਪੂ ਜੀ ਜਿੱਦਾਂ ਜਦੋਂ ਕੁਲਵਿੰਦਰ ਸਿੰਘ ਜੀ ਸ਼ਹੀਦ ਹੋ ਜਾਂਦੇ ਆ ਭਾਰਤ ਸਰਕਾਰ ਵੱਲੋਂ ਕੋਈ ਹਾਲੇ ਤੱਕ ਉਹਨਾਂ ਨੂੰ ਕੋਈ ਅਵਾਰਡ ਜਾਂ ਕੋਈ ਸਨਮਾਨਿਤ ਕੁਛ ਕੀਤਾ ਗਿਆ ਜਾਂ ਨਹੀਂ ਨਹੀਂ ਕੋਈ ਸਨਮਾਨਿਤ ਨਹੀਂ ਇੱਕ ਸਿਰ ਤੋਂ ਇਹਨਾਂ ਨਾਲ ਆਪਣਾ ਰੋਪੜ ਵਾਲਿਆਂ ਨਾਲ ਪ੍ਰਮਾਣ ਪੱਤਰ ਦਿੱਤਾ ਤਾ ਜਿਹੜੇ ਮਿਲਟਰੀ ਵਾਲਿਆਂ ਦਾ ਹੈਗਾ ਉਹਨਾਂ ਨੇ ਦਿੱਤਾ ਜੀ ਠੀਕ ਆ ਜੀ 15 ਅਗਸਤ ਨੂੰ ਗਏ ਤੇ ਉੱਥੇ ਉਹਨਾਂ ਨੂੰ ਉਹ ਸਰਟੀਫਿਕੇਟ ਜਿਹਾ ਦਿੱਤਾ ਤਾ ਹੋਰ ਕੋਈ ਨਹੀਂ ਮਿਲਿਆ ਕੁਛ ਵੀ ਪੰਜਾਬ ਸਰਕਾਰ ਵੱਲੋਂ ਕੋਈ ਪਿੰਡ ਦੇ ਵਿੱਚ ਸਮਾਰਕ ਬਣਾਇਆ ਗਿਆ ਹੋਵੇ ਜਾਂ ਉਹਨਾਂ ਦੀ ਯਾਦ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜਾਂ ਕੁਛ ਬਣਾਇਆ ਗਿਆ ਹੋਵੇ ਪਿੰਡ ਦੇ ਵਿੱਚ ਸਕੂਲ ਦਾ ਨਾਮ ਰੱਖਿਆ ਸੀ ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਸਕੂਲ ਸਰਕਾਰੀ ਸਕੂਲ ਅਤੇ ਉਹਦੇ ਨਾਂ ਦੀ ਸੜਕ ਬਣਨੀ ਸੀ ਅੱਛਾ ਜੀ ਪਿੰਡ ਦੇ ਵਿੱਚ ਸਰਕਾਰੀ ਸਕੂਲ ਦਾ ਨਾਮ ਰੱਖਿਆ ਗਿਆ ਸੀ ਉਹਨਾਂ ਦੇ ਨਾਮ 'ਤੇ ਉਹ ਸਾਰਾ ਕੰਪਲੀਟ ਹੋ ਚੁੱਕਾ ਅੱਜ ਸਕੂਲ 'ਚ ਬੋਰਡ ਲੱਗ ਗਿਆ ਭਾਜੀ ਦੇ ਨਾਂ 'ਤੇ ਕਿ ਨਹੀਂ ਬੋਰਡ ਲੱਗਿਆ ਭਾਜੀ ਕਾਗਜ਼ਾਂ 'ਤੇ ਨਾਂ ਹੈ ਨਹੀਂ ਅੱਛਾ ਜੀ ਜੋ ਸਕੂਲ ਦੇ ਸਰਟੀਫਿਕੇਟ ਦੇ ਨਾਂ ਹੁੰਦਾ ਸਕੂਲ ਦੇ ਕਾਗਜ਼ਾਂ 'ਤੇ ਜਾਂ ਮੋਹਰ 'ਤੇ ਨਾਂ ਹੁੰਦਾ ਹਾਂਜੀ ਜੋ ਬੱਚਿਆਂ ਦੇ ਸਰਟੀਫਿਕੇਟ ਬਣ ਕੇ ਆਉਂਦੇ ਆ ਉਹਦੇ ਉੱਪਰ ਨਾਮ ਹੁੰਦਾ ਉਹਦੇ ਉੱਪਰ ਨਾਮ ਹੁੰਦਾ ਮੈਂ ਜਦ 1.5 ਸਾਲ ਹੋ ਗਿਆ ਨਾਂ ਰੱਖੇ ਨੂੰ ਹੁਣ ਬੋਰਡ ਲੱਗੇ ਹੋਏ ਆ ਉਹਦੇ ਨਾਂ 'ਤੇ ਕੋਈ ਸਕੂਲ ਦਾ ਜਿਹੜੇ ਬੱਚਿਆਂ ਨੇ ਹੁਣ ਕਲਾਸ ਪਾਸ ਕਰਕੇ ਹੁਣ ਗਏ ਆ ਉਹਨਾਂ 'ਤੇ ਤਾਂ ਉਹੀ ਆ ਸਰਕਾਰੀ ਸੈਕੰਡਰੀ ਸਕੂਲ ਸਰਕਾਰੀ ਮਿਡਲ ਸਕੂਲ ਉਹਨਾਂ ਦੇ ਸਰਟੀਫਿਕੇਟ 'ਤੇ ਇਹ ਤਾਂ ਨਹੀਂ ਹੈਗਾ ਵੀ ਸ਼ਹੀਦ ਮਿਡਲ ਸਕੂਲ ਸ਼ਹੀਦ ਕੁਲਵਿੰਦਰ ਸਿੰਘ ਮਿਡਲ ਸਕੂਲ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਮ ਦਾ ਬੋਰਡ ਹੀ ਲੱਗਿਆ ਬਾਪੂ ਜੀ ਇਹ ਵੀ ਕਾਗਜ਼ਾਂ 'ਚ ਨਹੀਂ ਹੈ ਇਹ ਵੀ ਇੱਕ ਤਰਾਸਦੀ ਆ ਜੋ ਸਰਕਾਰਾਂ ਨੇ ਜ਼ਿਲ੍ਹਿਆਂ ਦੇ ਨਾਂ ਚੇਂਜ ਕਰਨੇ ਹੁੰਦੇ ਆ ਦਿਨਾਂ 'ਚ ਜ਼ਿਲ੍ਹਿਆਂ ਦੇ ਨਾਂ ਚੇਂਜ ਹੋ ਜਾਂਦੇ ਆ ਹੁਣ ਪਿੱਛੇ ਜਿਹਾ ਇੱਕ ਸਟੇਡੀਅਮ ਦਾ ਨਾਂ ਚੇਂਜ ਕੀਤਾ ਗਿਆ ਦਿੱਲੀ ਦੇ ਵਿੱਚ ਅਰੁਣ ਜੇਤਲੀ ਦੇ ਨਾਮ 'ਤੇ ਰੱਖਿਆ ਗਿਆ ਹੈ ਨਾ ਉਹ ਦਿਨਾਂ 'ਚ ਮਤਲਬ ਸਾਰਾ ਕੁਛ ਚੇਂਜ ਹੋ ਜਾਂਦਾ ਅਤੇ ਇੱਕ ਸ਼ਹੀਦ ਦਾ ਜਿਹੜਾ ਨੂੰ ਪਿੱਛੇ ਪਾ ਰਹੇ ਜਿਹੜਾ ਸ਼ਹੀਦ ਦੇ ਨਾਂ 'ਤੇ ਇੱਕ ਸਕੂਲ ਦਾ ਨਾਂ ਵੀ ਰੱਖਿਆ ਗਿਆ ਉਹਨੂੰ ਵੀ 1.5 ਸਾਲ ਲੱਗ ਲਿਆ ਕਾਗਜ਼ੀ ਕਾਰਵਾਈ ਦੇ ਵਿੱਚ ਅਤੇ ਬਾਪੂ ਜੀ ਕੈਪਟਨ ਸਾਹਿਬ ਆਏ ਸੀ ਜਦੋਂ ਘਰ ਆਏ ਸੀ ਇੱਥੇ ਅਤੇ ਉਹਨਾਂ ਨੇ ਜਿਹੜੇ ਕੋਈ ਤੁਹਾਡੇ ਨਾਲ ਵਾਅਦੇ ਕੀਤੇ ਉਹ ਪੂਰੇ ਹੋਏ ਵਾਅਦੇ ਇਹੀ ਆ ਜੀ ਹੁਣ ਸਕੂਲ ਦਾ ਨਾਮ ਵੀ ਕਿਹਾ ਸੀ ਹਾਂਜੀ ਅਤੇ ਉੱਧਰ ਰੋਡ ਬਣਨਾ ਸੀ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਮ 'ਤੇ ਉਹ ਰੋਡ ਕਿੱਥੋਂ ਲੈ ਕੇ ਕਿੱਥੋਂ ਤੱਕ ਉਹ ਸਾਡੇ ਪਿੰਡ ਤੋਂ ਲੈ ਕੇ ਅੱਗੇ 2.25 ਕਿਲੋਮੀਟਰ ਟੋਟਾ ਪੈਂਦਾ ਹੈ ਠੀਕ ਅਨੰਦਪੁਰ ਸਾਹਿਬ ਵਾਲੇ ਰੋਡ ਨੂੰ ਮਿਲੇਗਾ ਅੱਛਾ ਅਨੰਦਪੁਰ ਸਾਹਿਬ ਵਾਲੇ ਰੋਡ ਨੂੰ ਮਿਲੇਗਾ ਠੀਕ ਉੱਥੇ ਤੱਕ ਇਹ ਰੋਡ ਬਣਨਾ ਅਤੇ ਅੱਗੇ ਵੀ ਉਹ ਹੋਣਾ ਜੀ
ਪਰ ਹਲੇ ਰੋਡ ਵੀ ਅਧੂਰੇ ਹੀ ਆ ਠੀਕ ਹੈ ਅਧੂਰੇ ਹੀ ਆ ਰੋਡ ਵੀ ਉਹ ਕੰਮ ਹਲੇ ਕੋਈ ਪੂਰਾ ਨਹੀਂ ਹੋਇਆ ਬਾਪੂ ਜੀ ਹੋਰ ਕੋਈ ਸਰਕਾਰ ਨੂੰ ਕੋਈ ਅਪੀਲ ਜਾਂ ਕੁਛ ਕਹਿਣਾ ਚਾਹੁੰਦੇ ਹੋਵੋ ਸਾਡੀ ਅਪੀਲ ਤਾਂ ਇਹੀ ਹੈ ਜੀ ਵੀ ਜੋ ਸ਼ਹੀਦ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਸ਼ਹੀਦ ਹੋਏ ਉਹਨਾਂ ਦੀ ਦੇਖਭਾਲ ਕਰਨ ਉਹਨਾਂ ਦੀ ਗੱਲਬਾਤ ਸੁਣੇ ਸਰਕਾਰ ਇੱਕ ਜੋ ਸਾਡੇ ਬੱਚੇ ਹੁਣ ਵੀ ਸ਼ਹੀਦ ਉੱਥੇ ਫੌਜ ਵਿੱਚ ਹੈਗੇ ਉਹਨਾਂ ਨੂੰ ਸਖ਼ਤ ਆਰਡਰ ਦਿੱਤੇ ਜਾਣ ਆਪਣਾ ਆਪਣੀ ਪੈਰ ਵਹੀ ਕਰ ਰੱਖਣ ਉਹ ਸਰਕਾਰਾਂ ਨੇ ਤਾਂ ਇੱਕ ਬਹਾਨਾ ਬਣਾਇਆ ਵਾ ਕੋਈ ਵੀ ਹੈਗੇ ਹੁਣ ਦਿੱਲੀ ਬਾਰਡਰ ਹੀ ਉੱਧਰ ਕਿਸਾਨ ਆ ਅਤੇ ਉੱਧਰ ਕਿਸਾਨਾਂ ਦੇ ਪੁੱਤ ਖੜ੍ਹੇ ਕੀਤੇ ਵੀ ਮੋਹਰੇ ਮੈਂ ਸਰਕਾਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਰਾਜਨੀਤੀ ਦੇ ਨਾਲ ਰਾਜਨੀਤੀ ਖਾਤਰ ਮਾਵਾਂ ਦੇ ਪੁੱਤ ਨਾ ਮਰਵਾਓ ਇਹ ਉਹਨਾਂ ਪਰਿਵਾਰਾਂ ਨੂੰ ਪਤਾ ਲੱਗਦਾ ਜਿਨ੍ਹਾਂ ਦਾ ਪੁੱਤ ਚੱਲ ਜਾਂਦਾ ਹੈ ਬਿਲਕੁਲ ਕੁਰਸੀਆਂ ਇਹਨਾਂ ਸਰਕਾਰਾਂ ਦੀਆਂ ਬਸ ਬਹੁਤਾ ਦੇਰ ਨਹੀਂ ਰਹਿਣੀਆਂ ਪੰਜ ਚਾਰ ਸਾਲ ਦੀ ਗੇਮ ਹੁੰਦੀ ਹੈ ਨਾ ਮਤਲਬ ਅੱਜ ਇੱਕ ਹੋਰ ਅਤੇ ਕੱਲ੍ਹ ਨੂੰ ਦੂਜੇ ਹੋਰ ਨੇ ਆ ਜਾਣਾ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਕਿ ਜਿੱਥੇ ਸ਼ਹੀਦ ਪਰਿਵਾਰਾਂ ਦਾ ਖਿਆਲ ਰੱਖਿਆ ਜਾਵੇ ਬਣਦਾ ਪੂਰਾ ਕਿਉਂਕਿ ਜਦੋਂ ਨਾ ਇੱਕ ਜਿਹਦਾ ਪੁੱਤ ਸ਼ਹੀਦ ਹੋ ਗਿਆ ਉਹਨੂੰ ਹੋਰ ਕੁਛ ਨਹੀਂ ਚਾਹੀਦਾ ਹੁੰਦਾ ਇੱਕ ਮਾਣ ਤਾਂ ਘੱਟੋ ਘੱਟ ਆਪਾਂ ਦੇ ਹੀ ਸਕਦੇ ਹਾਂ ਇੱਕ ਮਾਣ ਸਤਿਕਾਰ ਤਾਂ ਦੇ ਹੀ ਸਕਦੀਆਂ ਸਰਕਾਰਾਂ 'ਚ ਹੋਰ ਕੁਛ ਨਹੀਂ ਦੇ ਸਕਦੀਆਂ ਤਾਂ ਇਹ ਤਾਂ ਕੁਰਸੀ ਦਾ ਨਾ ਗੁਮਾਨ ਕਰੇ ਸਰਕਾਰ ਕੁਰਸੀ ਤਾਂ ਇਹ ਬਦਲਦੀ ਰਹਿਣੀ ਆ ਕੋਈ ਵੀ ਹੈਗਾ ਕੁਰਸੀ ਬਦਲਦੀ ਰਹਿਣੀ ਸ਼ਹੀਦ ਪਰਿਵਾਰਾਂ ਦਾ ਧਿਆਨ ਰੱਖਣ ਅਤੇ ਸਾਡਾ ਪੁੱਤ ਤਾਂ ਸ਼ਹੀਦ ਪਰਿਵਾਰਾਂ ਦੇ ਚੱਲ ਜਾਂਦੇ ਕੋਈ ਇਹਨਾਂ ਨੂੰ ਮਾਣ ਵੀ ਹੋਣਾ ਚਾਹੀਦਾ ਇੱਕ ਕੁਰਸੀਆਂ ਤਾਂ ਇਹ ਬਦਲਦੀਆਂ ਰਹਿੰਦੀਆਂ ਅੱਜ ਕਿਸੇ ਦੀ ਆ ਕੱਲ੍ਹ ਨੂੰ ਕਿਸੇ ਦੀ ਆ ਚਾਰ ਦਿਨ ਨੂੰ ਸਰਕਾਰ ਇਹ ਬਦਲੀ ਤਾਂ ਜਾਣੀ ਆ ਪਰ ਇਹ ਰਾਜਨੀਤੀਆਂ ਜੋ ਹੈਗੀਆਂ ਇਹ ਆਪਣੀਆਂ ਰੋਟੀਆਂ ਸੇਕਣੀਆਂ ਛੱਡ ਦੇਣ ਸ਼ਹੀਦਾਂ ਖਾਤਰ ਹੀ ਇਹ ਰੋਟੀਆਂ ਆਪਣੀਆਂ ਕਰਦੇ ਆ ਮਾਤਾ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਆ ਅਸੀਂ ਕਿਆ ਕਰਾਂ ਬਸ ਇਹੀ ਆ ਅਤੇ ਇੱਕ ਚੀਜ਼ ਹੋਰ ਮਾਤਾ ਜੀ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਜਿਹੜੇ ਸ਼ਹੀਦ ਹੁੰਦੇ ਆ ਨਾ ਉਹ ਕਿਤੇ ਨਹੀਂ ਜਾਂਦੇ ਉਹ ਆਪਣੇ ਵਿੱਚ ਹੀ ਰਹਿੰਦੇ ਆ ਅਤੇ ਹੁਣ ਜਦੋਂ ਤੁਹਾਡਾ ਦਿਨ ਕਿੱਦਾਂ ਸਟਾਰਟ ਹੁੰਦਾ ਸਾਡੇ ਨਾਲ ਹੀ ਘੁੰਮਦਾ ਜੋ ਵੀ ਹੈਗਾ ਸਵੇਰੇ ਉੱਠ ਕੇ ਚਾਹ ਪਾਣੀ ਵੀ ਦੇਈਦਾ ਉਹਨੂੰ ਰੋਟੀ ਵੀ ਦੇਈਦੀ ਆ ਸਾਰੀ ਚੀਜ਼ ਦੇਈਦੀ ਆ ਪਹਿਲਾਂ ਉਹਨੂੰ ਦੇਣੀਆਂ ਮੁੜ ਕੇ ਆਪ ਸਾਡੇ ਨੇ ਅੱਜ ਸਾਨੂੰ ਦਿੱਤੇ ਆਪਣੇ ਬੇੜਾ ਪੈੜਾ ਵੀ ਮਟੇ ਗਿਆ ਸਾਡੇ ਵੱਲ ਤੇ ਲੋਕਾਂ ਦੇ 2 ਮਹੀਨੇ ਛੁੱਟੇ ਆ ਤੇ ਮਹੀਨੇ ਵਾਧੋ ਵੱਧ ਖੜ ਖੜ ਕੇ ਦੇਖੀਦਾ ਬਾਪੂ ਜੀ ਮੈਂ ਇੱਕ ਚੀਜ਼ ਚਾਹੂੰਗਾ ਸ਼ਾਇਦ ਸਾਡੀ ਵੀਡੀਓ ਦੇਖ ਕੇ ਬਹੁਤ ਸਾਰੇ ਲੋਕ ਦਾ ਨਾਲ ਗੱਲ ਕਰਨੀ ਚਾਹੁਣ ਮੈਂ ਚਾਹੁੰਦਾ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਬੋਲ ਦਿਓ ਮੇਰਾ ਫੋਨ ਨੰਬਰ ਹੈ 9496567785 9496567785 ਠੀਕ ਆ ਜੀ ਅਤੇ ਇੱਕ ਚੀਜ਼ ਹੋਰ ਭਾਜੀ ਜਿੱਦਾਂ ਤੁਸੀਂ ਬੈਠੇ ਆ ਅਸੀਂ ਜਿੱਦਾਂ ਮਤਲਬ ਪਤਾ ਲੱਗਾ ਸੀ ਕਿ ਅਨੰਦਪੁਰ ਸਾਹਿਬ ਰੋਪੜ ਹਲਕੇ ਦੇ ਵਿੱਚ ਬਹੁਤ ਸਾਰੇ ਸ਼ਹੀਦ ਮਤਲਬ ਜਿਹੜੇ ਸਾਡੇ ਆਰਮੀ ਦੇ ਵਿੱਚ ਸ਼ਹੀਦ ਹੋਏ ਆ ਹੈ ਨਾ ਮਤਲਬ ਇਹਨੂੰ ਪਹਿਲਾਂ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਲੈ ਕੇ ਅੱਜ ਵੀ ਉਹ ਜਿਹੜੀ ਰੀਤ ਆ ਬੇਸ਼ੱਕ ਉਹ ਸ਼ਹੀਦੀਆਂ ਦੇ ਰੂਪ ਬਦਲ ਗਏ ਆ ਹੈ ਨਾ ਉਦੋਂ ਮਹਾਰਾਜ ਦੇ ਨਾਲ ਸਿੰਘ ਲੜਦੇ ਸ਼ਹੀਦ ਹੁੰਦੇ ਸੀ ਅਤੇ ਅੱਜ ਜੰਗਾਂ ਦੇ ਵਿੱਚ ਸ਼ਹੀਦ ਹੁੰਦੇ ਆ ਹੈ ਨਾ ਅਤੇ ਬਹੁਤ ਪਵਿੱਤਰ ਧਰਤੀ ਆ ਅਤੇ ਤੁਸੀਂ ਕੁਛ ਇਹਦੇ ਬਾਰੇ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਾਨੂੰ ਬੜਾ ਮਾਣ ਮਹਿਸੂਸ ਹੈ ਕਿ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ
ਸਾਨੂੰ ਜਨਮ ਲਿਆ ਸੀ ਸ਼ਿਵਾਲ ਪਹਾੜੀਆਂ ਦੀ ਜੇ ਬੁੱਕਲ ਦੇ ਵਿੱਚ ਸਾਡਾ ਛੋਟਾ ਜਿਹਾ ਜਿਹਾ ਕਸਬਾ ਹੈ ਸ਼ਹਿਰ ਹੈ ਅਤੇ ਉਹਦੇ ਵਿੱਚ ਅਸੀਂ ਬੜੇ ਪਿਆਰ ਮੁਹੱਬਤ ਨਾਲ ਲੋਕ ਰਹਿੰਦੇ ਨੇ ਜਿੱਥੇ ਗੁਰੂ ਸਾਹਿਬ ਨੇ ਅਨੇਕਾਂ ਕੁਰਬਾਨੀਆਂ ਦਿੱਤੀਆਂ ਨੇ ਧਰਮ ਦੀ ਖਾਤਰ ਦੇਸ਼ ਦੀ ਖਾਤਰ ਹਰ ਇਨਸਾਨ ਦੀ ਖਾਤਰ ਆਪਣਾ ਪਰਿਵਾਰ ਪਿਛੋੜਾ ਵੀ ਸਾਡੇ ਨਾਲ ਹੀ ਹੈ ਅਨੰਦਪੁਰ ਸਾਹਿਬ ਵੀ ਆਨੰਦ ਦੀ ਨਗਰੀ ਨੂੰ ਜਾਣਿਆ ਜਾਂਦਾ ਸੀ ਗੁਰੂ ਸਾਹਿਬ ਨੇ ਬੜੀਆਂ ਇੱਥੇ ਆਪਣੀਆਂ ਕੁਰਬਾਨੀਆਂ ਅਤੇ ਸੰਗਤ ਨੂੰ ਆਪਣੇ ਚਰਨ ਲਾਇਆ ਮਹਿਸੂਸ ਹੋ ਰਿਹਾ ਹੈ ਸਾਡਾ ਜੋ ਰੂਪਨਗਰ ਡਿਸਟ੍ਰਿਕਟ ਹੈ ਬਲੋਕ ਮੁਰਪ ਬੇਦੀ ਇਹ 'ਚ ਬੜਾ ਇੱਕ ਅਲੱਗ ਜਿਹਾ ਇਨਾਮ ਰੋਸ਼ਨ ਹੁੰਦਾ ਹੈ ਕਿ ਇਸ ਇਲਾਕੇ ਦੇ ਕਾਫੀ ਨੌਜਵਾਨ ਜੋ ਹੈਗੇ ਹੈ ਉਹ ਫੌਜ ਵਿੱਚ ਭਰਤੀ ਨੇ ਫੌਜ ਵਿੱਚ ਭਰਤੀ ਵੀ ਨੇ ਅਤੇ ਸਭ ਤੋਂ ਜ਼ਿਆਦਾ ਮੈਨੂੰ ਲੱਗ ਰਿਹਾ ਪੰਜਾਬ ਦੇ ਲੈਵਲ 'ਤੇ ਵੀ ਸਾਡੇ ਨੂਰ ਬਲੋਕ ਦੇ ਨੌਜਵਾਨ ਕਾਫੀ ਦੇਸ਼ ਦੀ ਖਾਤਰ ਕੁਰਬਾਨੀਆਂ ਪਾ ਚੁੱਕੇ ਨੇ ਛੋਟੀ ਉਮਰ ਦੇ ਵਿੱਚ ਅਤੇ ਸਾਡੇ ਇੱਕ ਜਿਹੜਾ ਵੀਰ ਕੁਲਵਿੰਦਰ ਸਿੰਘ ਜੀ ਅਰੋਲੀ ਤੋਂ ਸ਼ਹੀਦ ਜਗਤਾਰ ਸਿੰਘ ਜੀ ਉਹ ਪਿੰਡ ਬੜੀਵਾਲ ਸਾਊਪਰ ਦੇ ਨਾਮ 'ਤੇ ਜਾਣੇ ਜਾਂਦੇ ਨੇ ਇੱਕ ਮੇਰੇ ਵੀਰ ਬਣਵਾ ਜਰਤ ਨੇ ਨੌਜਵਾਨ ਉਹ ਵੀ ਦੇਸ਼ ਦੀ ਖਾਤਰ ਸ਼ਹੀਦ ਹੋਏ ਨੇ ਪਿੰਡ ਮੂਸਾਪੁਰ ਤੋਂ ਨੇ ਨੌਜਵਾਨ ਉਹ ਵੀ ਸ਼ਹੀਦ ਹੋਏ ਨੇ ਪਿੰਡ ਜਟਵਾੜ ਤੋਂ ਨੇ ਨੌਜਵਾਨ ਉਹ ਵੀ ਸ਼ਹੀਦ ਹੋਏ ਨੇ ਅਤੇ ਇੱਕ ਸਾਡੇ ਮਾਵਾ ਮੁਕਾਰੀ ਤੋਂ ਨਾਲ ਪਿੰਡ ਪੈਂਦਾ ਇੱਥੋਂ ਵੀ ਸ਼ਹੀਦ ਹੋਏ ਨੇ ਫੁਕਰ ਵਾੜੀਆਂ ਤੋਂ ਵੀ ਸਾਡੇ ਜਵਾਨ ਜਿਹੜੇ ਸ਼ਹੀਦ ਹੋਏ ਆ ਸ਼ਹੀਦ ਗੋਪਾਲ ਸਿੰਘ ਜੀ ਢੇਰ ਉਹ ਵੀ ਕਾਫੀ ਸਮਾਂ ਪਹਿਲਾਂ ਉਹ ਜੋ ਵੀ ਦੇਸ਼ ਦੀ ਖਾਤਰ ਆਪਣੀਆਂ ਕੁਰਬਾਨੀਆਂ ਦੇ ਚੁੱਕੇ ਨੇ ਹੋਰ ਅਨੇਕਾਂ ਸਾਡੇ ਇਲਾਕੇ ਦੇ ਸ਼ਹੀਦ ਨੇ ਪਿੰਡ ਮਾਣਕੂ ਮਾਜਰਾ ਅਤੇ ਪਿੰਡ ਜੱਟਪੁਰ ਅਤੇ ਪਿੰਡ ਸਰਾਂ ਦੇ ਲਾਗੇ ਇੱਥੋਂ ਵੀ ਸ਼ਹੀਦ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਨੇ ਆਪਾਂ ਤਾਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਕਲੌਤੇ ਪੁੱਤਰ ਨੇ ਉਹਨਾਂ ਮਾਂ ਬਾਪ ਦੇ ਕਿੰਨੇ ਹੌਂਸਲੇ ਕਿੰਨੇ ਜਿਗਰੇ ਨੇ ਆਪਣੇ ਪੁੱਤਰ ਨੂੰ ਉਸ ਦੇਸ਼ ਦੀ ਖਾਤਰ ਦੇਸ਼ ਦੀ ਸਰਹੱਦ ਦੀ ਖਾਤਰ ਉਹਦੇ ਖੜ੍ਹਨੇ ਵਾਸਤੇ ਭੇਜਦੇ ਨੇ ਉੱਥੇ ਪੈਸੇ ਦੇ ਲਾਲਚ ਵਾਸਤੇ ਨਹੀਂ ਭੇਜਦੇ ਨੇ ਅਤੇ ਜਨੂੰਨ ਹੈ ਦੇਸ਼ ਦੀ ਖਾਤਰ ਕੁਛ ਕਰਨਾ ਦੇਸ਼ ਦੀ ਖਾਤਰ ਕੁਛ ਕਰਨ ਵਾਸਤੇ ਉਹ ਜਵਾਨ ਜਾਂਦਾ ਹੈ ਅੱਜ ਦੇ ਹਾਲਾਤ ਦੇਖੋ ਇੱਥੇ ਕਿਸਾਨ ਜਿਹੜਾ ਫੌਜੀ ਦਾ ਬਾਪ ਹੈ ਉਹ ਆਪਣੇ ਹੱਕਾਂ ਵਾਸਤੇ ਸਰਕਾਰਾਂ ਨਾਲ ਮੱਥਾ ਲਾ ਰਿਹਾ ਹੈ ਅਤੇ ਜੋ ਜਵਾਨ ਹੈ ਉਹ ਬਾਰਡਰਾਂ ਦੇ ਉੱਪਰ ਸ਼ਹੀਦ ਹੋ ਰਹੇ ਨੇ ਸਰਕਾਰਾਂ ਨੂੰ ਵੀ ਕੁਛ ਨਹੀਂ ਸੋਚਣਾ ਚਾਹੀਦਾ ਇਸ ਚੀਜ਼ ਦੇ ਬਾਰੇ ਅਤੇ ਉਹਨਾਂ ਗਰੀਬ ਪਰਿਵਾਰਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਪੁੱਤ ਬਾਰਡਰਾਂ 'ਤੇ ਸ਼ਹੀਦ ਹੁੰਦੇ ਨੇ ਬਿਲਕੁਲ ਮਾਤਾ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਆ ਅਸੀਂ ਕਿਆ ਕਰਾਂ ਅਤੇ ਇੱਕ ਚੀਜ਼ ਹੋਰ ਮਾਤਾ ਜੀ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਜਿਹੜੇ ਸ਼ਹੀਦ ਹੁੰਦੇ ਆ ਨਾ ਉਹ ਕਿਤੇ ਨਹੀਂ ਜਾਂਦੇ ਉਹ ਆਪਣੇ ਵਿੱਚ ਹੀ ਰਹਿੰਦੇ ਆ ਅਤੇ ਹੁਣ ਜਦੋਂ ਤੁਹਾਡਾ ਦਿਨ ਕਿੱਦਾਂ ਸਟਾਰਟ ਹੁੰਦਾ ਸਾਡੇ ਨਾਲ ਹੀ ਘੁੰਮਦਾ ਜੋ ਵੀ ਹੈਗਾ ਸਵੇਰੇ ਉੱਠ ਕੇ ਚਾਹ ਪਾਣੀ ਵੀ ਦੇਈਦਾ ਉਹਨੂੰ ਰੋਟੀ ਵੀ ਦੇਈਦੀ ਆ ਸਾਰੀ ਚੀਜ਼ ਦੇਈਦੀ ਆ ਪਹਿਲਾਂ ਉਹਨੂੰ ਰੇੜੀਆਂ ਮੁੜ ਕੇ ਆਪ ਲੋਕਾਂ ਨੇ 2 ਮਹੀਨੇ ਛੁੱਟੇ ਆ ਤੇ ਮਹੀਨੇ ਵਾਧੂਆਂ ਦੇ ਖੜ ਖੜ ਕੇ ਦੇਖੀਦਾ ਬਾਪੂ ਜੀ ਕੋਈ ਪਿੰਡ ਦੇ ਵਿੱਚ ਪਾਰਕ ਵੀ ਉਹਨਾਂ ਦੇ ਨਾਮ ਤੇ ਬਣੀ ਆ ਪਾਰਕ ਆ ਸਾਡੇ ਸਾਰੀ ਜਗ੍ਹਾ ਹੋਈ ਤੇ ਲਾਟ ਉਹ ਪਰੇ ਤੱਕ ਮਿੱਟੀ ਹਲੇ ਪਰੇ ਪੈਣੀ ਆ ਇੱਥੇ ਉਹਦਾ ਬੁੱਥ ਲੱਗਣਾ ਸ਼ਹੀਦ ਉਹ ਪਿੰਡ ਪਿੰਡੋਂ ਆਉਂਦਿਆਂ ਨੂੰ ਜਿੱਥੇ ਟੋਭਾ ਹੈ ਟੋਭੇ ਦੇ ਨਾਲ ਜਿਹੜੀ ਪਾਰਕ ਤੁਸੀਂ ਕਹਿੰਦੇ ਇੱਥੇ ਬਣਨੀ ਆ ਹਾਂ ਇੱਥੇ ਬਣਨੀ ਆ ਜੀ ਉਹ ਅੱਛਾ ਜੀ ਆ ਸਾਹਮਣੇ ਠੀਕ ਆ ਇੱਥੇ ਬਣਨਾ ਜੀ ਇਹ ਜਿਹੜਾ ਉਹਦੇ ਨਾਂ ਤੇ ਰੋਡ ਆ ਉਹ ਅੱਗੇ ਆ ਇਹਤੋਂ ਅੱਗੇ ਜਾ ਕੇ ਨਾ ਸਕੂਲ ਦੇ ਨਾਲ ਹੀ ਗੇਟ ਬਣੇਗਾ ਉਹਦਾ ਸਰਕਾਰਾਂ ਕਹਿ ਗਈਆਂ ਉਹ ਜਿਹੜੇ ਮੈਂ ਆਉਂਦੇ ਹੋਏ ਨੇ ਦੋ ਪਾਰਕ ਦੇਖੀ ਸੀਗੀ ਉਹ ਪਾਰਕ ਦਾ ਤਾਂ ਉੱਥੇ ਕੋਈ ਹੱਲੇ ਲੱਗਦਾ ਨਹੀਂ ਉਹ ਤਾਂ ਜਿਹੜਾ ਟੋਭਾ ਪੂਰਿਆ ਉਹਨਾਂ ਨੇ ਟੋਭੇ ਹੀ ਟੋਭਾ ਪਰਲੇ ਪਾਸੇ ਆ ਦੀਵਾਰ ਕਰਕੇ ਨਾ ਹਲੇ ਮਿੱਟੀ ਮੁੱਟੀ ਹੋਰ ਪੈਣੀ ਵੀ ਹੈਗੀ ਆ ਵੀ ਇੱਥੇ ਸਟੈਚੂ ਲਾਉਣ ਨੂੰ ਕਿਹਾ ਸਟੈਚੂ ਲਾਉਣ ਨੂੰ ਕਿਹਾ
ਠੀਕ ਆ ਜੀ। ਚਲੋ ਪਾਰਕ ਉਹ ਬਣਾ ਦੇਗੇ, ਸਟੈਚੂ ਤਾਂ ਮੈਂ ਆਪਣੇ ਪੈਸੇ 'ਚ ਉਹਦੇ ਲਗਾ ਦੂੰਗਾ ਨਾ, ਮੈਨੂੰ ਇਹ ਨਹੀਂ ਹੈਗਾ। ਮੈਂ ਤਾਂ ਹੁਣ ਗੌਰਮੈਂਟ ਨੇ ਇੱਕ ਪਾਸੇ ਤਾਂ ਇੱਥੇ ਗੇਟ ਬਣਵਾਉਣਾ ਸੜਕ 'ਤੇ, ਵੀ ਉਹ ਗੌਰਮੈਂਟ ਨੇ ਬਣਵਾਉਣਾ, ਦੂਜੇ ਪਾਸੇ ਜਿੱਥੇ ਸੜਕ ਖਤਮ ਹੋਣੀ ਉੱਥੇ ਮੈਂ ਬਣਵਾਉਣਾ ਗੇਟ। ਠੀਕ ਆ। ਅੱਛਾ, ਜਿੱਥੇ ਉਹ ਭਾਜੀ ਦੇ ਨਾਮ 'ਤੇ ਜਿਹੜਾ ਸਮਾਰਕ ਰੱਖਿਆ ਗਿਆ, ਇੱਕ ਪਾਸੇ ਗੇਟ ਗੌਰਮੈਂਟ ਨੇ ਬਣਾਉਣਾ ਅਤੇ ਦੂਜੇ ਪਾਸੇ ਤੁਸੀਂ ਆਪਣੇ ਮਨ 'ਚ ਧਾਰਿਆ ਹੋਇਆ ਕਿ ਦੂਸਰੇ ਪਾਸੇ ਅਸੀਂ ਕੋਲੋਂ ਪੈਸੇ ਖਰਚ ਕੇ ਗੇਟ ਬਣਾਵਾਂਗੇ। ਗੇਟ ਬਣਾਵਾਂਗੇ। ਠੀਕ ਆ ਜੀ। ਅਸੀਂ ਤਾਂ ਆਹ ਵੀ ਸਕੂਲ ਦੇ ਨਾਂ 'ਤੇ ਵੀ ਮੈਂ ਆਪਣਾ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਂ 'ਤੇ 70,000 ਰੁਪਈਆ ਸਕੂਲ ਨੂੰ ਦਿੱਤਾ ਸੀ ਵੀ ਤੁਸੀਂ ਆਪਣਾ ਕੰਮ ਕਰਾਓ ਜਾਂ ਕੋਈ ਵੀ। ਬਾਪੂ ਜੀ, ਤੁਸੀਂ ਉਦੋਂ ਪ੍ਰਿੰਸੀਪਲ ਸਾਹਿਬ ਨੂੰ ਪੁੱਛਿਆ ਨਹੀਂ ਵੀ ਆਹ ਕੀ ਆ ਹਾਲੇ ਤੱਕ ਜਿਹੜੇ ਸਰਟੀਫਿਕੇਟ ਤੁਸੀਂ ਵੰਡ ਰਹੇ ਇਹਨਾਂ ਦੇ ਉੱਪਰ ਨਾਮ ਕਿਉਂ ਨਹੀਂ ਸ਼ਹੀਦ ਭਾਜੀ ਦਾ? ਉਹ ਪੁੱਛਿਆ ਸੀ, ਉਹ ਕਹਿੰਦੇ ਮੈਂ ਇਹਨਾਂ ਨਾਲ ਹਾਲੇ ਗੌਰਮੈਂਟ ਨਾਲ ਉਹ ਨਹੀਂ ਕੀਤੇ, ਸਾਡੇ ਮਹਿਕਮੇ ਵਾਲਿਆਂ ਨਾਲ ਜੋ ਬਣ ਕੇ ਆਉਣੇ ਆ ਕਿਆ ਹੈਗਾ। ਉਹਦੇ ਬਾਅਦ 'ਤੇ ਫਿਰ ਮੈਂ ਡੀ ਸੀ ਕੋਲ ਗਿਆ ਸੀ ਨਾ, ਹਾਂਜੀ, ਤਾਂ ਫਿਰ ਡੀ ਸੀ ਨੇ ਕਿਹਾ ਕੀਤਾ ਇਹ, ਉਹਨਾਂ ਨੂੰ ਡਾਂਟ ਮਾਰੀ ਆ। ਫਿਰ ਕਹਿੰਦੇ ਜੀ ਅਸੀਂ 15-20 ਦਿਨ ਤੱਕ ਘਰੇ ਕਰ ਦੇਣੇ ਆ, ਹਲੇ ਵੀ ਡੇਢ ਮਹੀਨਾ ਟੱਪ ਗਿਆ, ਹੁਣ ਲੋਕਡਾਊਨ ਲੱਗ ਗਿਆ, ਪੁੱਛਦੇ ਜਾਣੂ ਸਰਕਾਰਾਂ ਬਦਲ ਦੇਣੀਆਂ, ਇਹਦੇ ਨਾਂ ਤਾਂ ਕੱਲ੍ਹ ਨੂੰ ਵੀ ਮਿਟਾ ਸਕਦੇ ਆ। ਸ਼ਹੀਦ ਆਹੀ ਲਿਖਿਆ ਵਾ, ਸ਼ਹੀਦ ਕੁਲਵਿੰਦਰ ਸਿੰਘ, ਨਹੀਂ ਇੱਥੇ ਹੋਣਾ ਚਾਹੀਦਾ ਪੁਲਵਾਮਾ ਸ਼ਹੀਦ ਕੁਲਵਿੰਦਰ ਸਿੰਘ ਮਿਡਲ ਸਕੂਲ। ਸਰਕਾਰੀ ਰੱਖਿਆ ਨਾ ਵਿੱਚ, ਮਤਲਬ ਜਿਹੜੇ ਸਰਟੀਫਿਕੇਟ ਹੈ ਉਹਨਾਂ ਤੇ ਹੱਲੇ ਵੀ ਸਰਕਾਰੀ ਮਿਡਲ ਸਕੂਲ ਰੌਲੀ ਚੱਲੀ ਜਾਂਦਾ। ਹਾਂ, ਰੌਲੀ ਚੱਲੀ ਜਾਂਦਾ। ਦੇਖ ਲਓ ਉਹਦਾ ਸਾਡੀਆਂ ਸਰਕਾਰਾਂ ਦੇ ਹਾਲ ਆ, ਇਹੀ ਹਾਲ ਆ, ਕੋਈ ਵੀ ਹੈਗਾ ਨਾਂ ਤਾਂ ਕੱਲ ਨੂੰ ਮਿਟਾ ਦੇਣਗੇ। ਹਾਂ, ਇਹ ਤਾਂ ਅਸੀਂ ਜਿਹੜੇ 70-80 ਹਜ਼ਾਰ ਰੁਪਈਆ ਮੈਂ ਦੇ ਚੁੱਕਿਆ ਸਕੂਲ ਵਾਸਤੇ, ਮੈਂ ਤਾਂ ਆਪਣੇ ਬੇਟੇ ਖਾਤਰ ਦੇ ਰਿਹਾ, ਬੇਟੇ ਦੇ ਨਾਂ ਤੇ ਸਕੂਲ ਆ, ਨਹੀਂ ਮੈਂ ਕਾਹਨੂੰ ਦੇਣਾ ਇਹ। ਬਿਲਕੁਲ ਸਹੀ ਗੱਲ ਆ। ਬਹੁਤ ਹਾਲਾਤ ਬਾਪੂ ਜੀ ਇਹ ਸਾਡੇ ਸਰਕਾਰੀ ਸਕੂਲਾਂ 'ਚ ਨਾ ਮਾੜੇ ਹੀ, ਬਹੁਤ ਹਾਲਾਤ ਮਾੜੇ ਆ। ਇਹ ਦੇਖਣ ਵਾਲੀ ਗੱਲ ਆ ਕਿ ਦੇਖ ਲਓ ਹਾਲੇ ਤੱਕ 1.5 ਸਾਲ ਹੋ ਗਿਆ ਬਾਬੇ, ਬਾਪੂ ਜੀ 1.5 ਸਾਲ ਹੋ ਗਿਆ ਨਾ ਪੂਰਾ। ਆਹੋ 1.5 ਸਾਲ ਹੋ ਗਿਆ, ਪਿਛਲੇ ਸਾਲ ਕਹਿ ਕੇ ਗਏ ਜੇ ਫਰਵਰੀ 'ਚ ਹੋਇਆ, ਫਰਵਰੀ 1.5 ਸਾਲ ਹੋ ਚੱਲਾ, ਮਤਲਬ 1.5 ਸਾਲ ਹੋ ਗਿਆ ਵੀ ਹਾਲੇ ਤੱਕ ਸਰਕਾਰੀ ਸਕੂਲ ਸਿਰਫ ਇੱਕ ਸ਼ਹੀਦ ਕੁਲਵਿੰਦਰ ਸਿੰਘ ਇੱਕ ਆ ਸਿਰਫ ਬੋਰਡਾਂ 'ਤੇ ਲਿਖਿਆ ਹੋਇਆ, ਜਿਹੜੇ ਸਕੂਲ ਦੇ ਸਰਟੀਫਿਕੇਟ ਹੁੰਦੇ ਆ ਜਾਂ ਸਕੂਲ ਦੀ ਸਟੈਂਪ ਹੁੰਦੀ ਆ ਜਾਂ ਸਕੂਲ ਦੇ ਹੋਰ ਕੋਈ ਵੀ ਜਿਹੜੇ ਡਾਕੂਮੈਂਟ ਹੁੰਦੇ ਆ ਉਹਨਾਂ ਦੇ ਉੱਪਰ ਭਾਈ ਸ਼ਹੀਦ ਸਿੰਘ, ਭਾਈ ਸ਼ਹੀਦ ਕੁਲਵਿੰਦਰ ਸਿੰਘ ਨਹੀਂ ਲਿਖਿਆ ਗਿਆ। ਹੋਰ ਇਹਨਾਂ ਸਰਕਾਰਾਂ ਤੋਂ ਇੱਦਾਂ ਦੇ ਮਾਂ ਬਾਪ ਜਿਨ੍ਹਾਂ ਦੇ ਪੁੱਤ ਸ਼ਹੀਦ ਹੋਏ ਆ ਹੋਰ ਕੀ ਆਸ ਕਰ ਸਕਦੇ ਆ? ਸਮੇਂ ਤੋਂ ਬਾਹਰ ਆ ਕਿ ਅਸੀਂ ਕਿੱਥੇ 21ਵੀਂ ਸਦੀ ਦੇ ਵਿੱਚ ਅਸੀਂ ਕਿੱਧਰਲੇ ਪਾਸੇ ਨੂੰ ਜਾ ਰਹੇ ਹਾਂ? ਜੇਕਰ ਇਹਨਾਂ ਸਰਕਾਰਾਂ ਦੇ ਜਿਹੜੇ MLA ਆ, ਜਿਹੜੇ MP ਆ, ਜਿਹੜੇ ਇਹਨਾਂ ਦੇ ਆਪਣੇ ਪੁੱਤ, ਇਹਨਾਂ ਦੀਆਂ ਆਪਣੇ ਪੁੱਤ ਸਰਹੱਦ 'ਤੇ ਰਾਖੀਆਂ ਕਰਦੇ ਹੋਣ, ਇਹਨਾਂ ਦਾ ਕੋਈ ਆਪਣਾ ਪੁੱਤ ਸ਼ਹੀਦ ਹੋਵੇ, ਫਿਰ ਇਹਨਾਂ ਨੂੰ ਪਤਾ ਲੱਗੇ ਵੀ ਜਿਹੜਾ ਆਹ ਵੀ ਇੱਕ ਦਰਦ ਆ ਕਿ ਤੁਸੀਂ ਹਾਲੇ ਤੱਕ 1.5 ਸਾਲ ਦੇ ਵਿੱਚ ਇੱਕ ਸਰਟੀਫਿਕੇਟਾਂ ਦੇ ਉੱਪਰ ਨਾਮ ਨਹੀਂ ਲਿਖ ਸਕੇ, ਸਿਰਫ ਇੱਕ ਕੰਧਾਂ 'ਤੇ ਨਾਮ ਲਿਖ ਦਿੱਤਾ। ਲਾਹਣਤ ਆ ਇਹੋ ਜਿਹੀਆਂ ਸਰਕਾਰਾਂ ਨੂੰ ਅਤੇ ਇਹੋ ਜਿਹੇ ਸਿਸਟਮ ਨੂੰ। ਅਤੇ ਬਾਪੂ ਜੀ ਜਿਹੜਾ ਜਿਹੜਾ ਤੁਸੀਂ ਕਹਿੰਦੇ ਆ ਵੀ ਇੱਕ ਮਾਰਗ ਬਣਨਾ ਆ, ਉਹ ਮਤਲਬ ਤੁਹਾਡੇ ਪਿੰਡ ਨੂੰ ਜਿਹੜੇ ਪਹਿਲਾਂ ਮਾਰਗ ਆਉਂਦੇ ਆ ਉਹਨਾਂ ਮਾਰਗਾਂ ਵਿੱਚੋਂ ਹੀ ਕੋਈ ਉਹਦਾ ਨਾਮ ਚੇਂਜ ਕਰ ਰਿਹਾ ਜਾਂ ਕੋਈ ਹੋਰ ਮਾਰਗ ਨਵਾਂ ਕੋਈ ਬਣ ਰਿਹਾ? ਨਹੀਂ ਜੀ, ਇਹ ਸਕੂਲ ਦੇ ਨਾਲ ਉੱਥੇ ਸਕੂਲ ਦੇ ਨਾਲੋਂ ਸਿੱਧਾ ਮਾਰਗ ਗਿਆ ਜੀ, ਕੱਚਾ ਰੋਡ ਗਿਆ ਜੀ। ਅੱਛਾ, ਕੱਚਾ ਰੋਡ। ਕੱਚਾ ਰੋਡ ਬਣਨਾ ਜੀ ਆਪਣਾ ਸ਼ਹੀਦ ਕੁਲਵਿੰਦਰ ਸਿੰਘ ਦੇ ਨਾਂ 'ਤੇ ਜੀ। ਠੀਕ ਹੈ। ਹਲੇ ਵੀ ਇਹਦੇ ਪਰ ਨਾ ਕੋਈ ਇੰਨਾ ਮਿੱਟੀ ਦਾ ਨਾ ਕੋਈ ਵੀ, ਇੱਕ ਸਿਰਫ ਨਾਲਾ ਬਣਾ ਗਏ ਪਏ ਆ ਉਹ, ਵੀ ਮਿੱਟੀ ਵੀ ਇੱਦਾਂ ਹੀ ਆ, ਚੱਲ ਰਿਹਾ ਕੰਮ, ਅੱਗੇ ਪੁਲ ਬਣਾ ਰਹੇ ਆ, ਠੇਕੇਦਾਰ ਬਾਈਵੇ ਲਾ ਜਾਂਦੇ ਆ, ਬਾਈਵੇ ਲੈ ਚੱਲ ਜਾਂਦੇ ਆ, ਕਿਆ ਕਰਨਾ, ਦੂਰੇ ਕੰਮ ਚੱਲ ਰਹੇ। 1.5 ਸਾਲ ਤੋਂ ਇਹ ਕਿੰਨੇ 13-14-10 ਕਿਲੋਮੀਟਰ ਦਾ ਇੱਕ ਮਾਰਗ ਨਹੀਂ ਸਰਕਾਰ ਤੋਂ ਹਾਲੇ ਤੱਕ ਬਣਿਆ? ਇਹ ਸਾਰਾ 2.25 ਕਿਲੋਮੀਟਰ ਪੈਂਦਾ ਜੀ। ਠੀਕ, ਸਿਰਫ 2.25 ਕਿਲੋਮੀਟਰ? 2.25 ਕਿਲੋਮੀਟਰ। ਅੱਛਾ, ਇੱਕ 2.25 ਕਿਲੋਮੀਟਰ ਹੋ ਗਿਆ ਇਹਨੂੰ ਇੱਦਾਂ ਹੀ
ਚੱਲਦੇ ਨੇ। ਸਵਾ ਦੋ ਕਿਲੋਮੀਟਰ ਟੋਟਾ ਹੈ, ਉਹੀ ਨਹੀਂ ਇਹਨਾਂ 'ਤੇ ਸਰਕਾਰ 'ਤੇ ਬਣਿਆ। ਇੱਥੇ ਕੀ ਕਿਹਾ ਜਾਵੇ ਕੀ ਨਾ ਕਿਹਾ ਜਾਵੇ, ਸਮੇਂ ਤੋਂ ਬਾਹਰ ਆ, ਇੱਕ ਬਜ਼ੁਰਗ ਆ, ਇੱਕ ਬਾਪੂ ਆ, ਇੱਕ ਮਾਤਾ ਆ, ਜਿਨ੍ਹਾਂ ਦਾ ਜਵਾਨ ਪੁੱਤ ਜਿਹਨੇ ਥੋੜ੍ਹੇ ਮਹੀਨਿਆਂ ਬਾਅਦ ਵਿਆਹ ਕਰਾ ਲੈਣਾ ਸੀ, ਉਸ ਘਰ ਦੇ ਵਿੱਚ ਖੁਸ਼ੀਆਂ ਹੋਣੀਆਂ ਸੀ, ਅਤੇ ਅੱਜ ਉਹ ਬਾਪੂ ਕਦੇ ਕਚਹਿਰੀਆਂ ਦੇ ਕਦੇ ਡੀਸੀ ਦਫ਼ਤਰ ਦੇ ਧੱਕੇ ਖਾਂਦਾ ਪਏ, ਮੇਰੇ ਪੁੱਤ ਦਾ ਨਾਂ ਸਕੂਲ ਦੇ ਸਰਟੀਫਿਕੇਟਾਂ 'ਤੇ ਲਿਖ ਦਿਓ, ਕਦੇ ਇਹ ਧੱਕੇ ਖਾਂਦਾ ਪਏ ਠੇਕੇਦਾਰ ਆਇਆ ਕਿ ਨਹੀਂ ਆਇਆ, ਰੋਡ ਛੇਤੀ ਬਣੇ ਨਾ ਬਣੇ, ਕਿਉਂਕਿ ਸਿਆਣਿਆਂ ਨੂੰ ਵੀ ਹੁੰਦਾ। ਹੁਣ ਜਿੱਦਾਂ ਬਾਪੂ ਜੀ ਨੂੰ ਇਹੀ ਆਸਰਾ, ਕਿਉਂਕਿ ਬਾਪੂ ਪਰਮਾਤਮਾ ਕਰੇ ਇਹਨਾਂ ਦੀ ਉਮਰ ਲੰਬੀ ਕਰੇ, ਪਰ ਪਤਾ ਨਹੀਂ ਹੁੰਦਾ ਕੱਲ੍ਹ ਨੂੰ ਬਾਪੂ ਜੀ ਅੱਖਾਂ ਮੀਟ ਜਾਂਦੇ ਆ ਤਾਂ ਇਹ ਪੈਰਵਾਈ ਕਿਹਨੇ ਕਰਨੀ ਆ, ਕਿਹਨੇ ਮਗਰੋਂ ਇਹ ਰੋਡ ਬਣਵਾਉਣੇ ਆ, ਕਿਹਨੇ ਸਕੂਲ ਦੇ ਉੱਪਰ ਨਾਂ ਲਿਖਵਾਉਣੇ ਆ। ਸਾਡੇ ਲਈ, ਸਾਡੇ ਇਸ ਸਿਸਟਮ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਆਵਾਜ਼ ਆ, ਵੱਧ ਤੋਂ ਵੱਧ ਲੋਕਾਂ ਤੱਕ, ਕੈਪਟਨ ਸਾਹਿਬ ਤੱਕ, ਮਤਲਬ ਜ਼ਿਲ੍ਹੇ ਦੇ ਹਰੇਕ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਪਹੁੰਚਦੀ ਕਰੋ, ਤਾਂ ਕਿ ਜਿਹੜੇ ਇਹਨਾਂ ਦੇ ਸ਼ਹੀਦ ਭਾਈ ਕੁਲਵਿੰਦਰ ਸਿੰਘ ਜੀ ਦੇ ਨਾਂ 'ਤੇ ਜਿਹੜੇ ਰਹਿੰਦੇ ਕਾਰਜ, ਅਧੂਰੇ ਕਾਰਜ ਆ, ਉਹ ਛੇਤੀ ਤੋਂ ਛੇਤੀ ਪੂਰੇ ਹੋਣ, ਕਿਉਂਕਿ ਬਾਪੂ ਜੀ ਦੀ ਹੁਣ ਹੋਰ ਕੋਈ ਡਿਮਾਂਡ ਨਹੀਂ ਆ। ਉਹ ਕਹਿੰਦੇ ਸਰਕਾਰ ਨੇ ਜੋ ਵਾਅਦੇ ਕੀਤੇ ਘੱਟੋ ਘੱਟ ਉਹ ਤਾਂ ਪੂਰੇ ਕਰ ਦਿਓ, ਪੁੱਤ ਤਾਂ ਮੋੜ ਕੇ ਨਹੀਂ ਦੇ ਸਕਦੇ, ਘੱਟੋ ਘੱਟ ਜੋ ਵਾਅਦੇ ਪੂਰੇ ਕੀਤੇ ਉਹ ਤਾਂ ਵਾਅਦੇ ਪੂਰੇ ਕਰ ਦਿੱਤੇ ਜਾਣ। ਦੋਸਤੋ, ਇਹ ਸੀਗੇ ਜੀ ਸਾਡੇ ਨਾਲ ਸ਼ਹੀਦ ਕੁਲਵਿੰਦਰ ਸਿੰਘ ਜੀ ਦੇ ਮਾਤਾ ਜੀ, ਪਿਤਾ ਜੀ ਅਤੇ ਨਾਲ ਇਲਾਕਾ ਨਿਵਾਸੀ, ਅਤੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ, ਜਿੱਥੇ ਤੁਹਾਨੂੰ ਇਸ ਵੀਡੀਓ 'ਚ ਬਹੁਤ ਕੁਛ ਇੱਦਾਂ ਦਾ ਮਿਲੂਗਾ ਜਿਹੜਾ ਤੁਹਾਡੇ ਦਿਲ ਨੂੰ ਟੱਚ ਕਰੂਗਾ। ਜੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰ ਦਿਓ। ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ। ਮਾਤਾ ਜੀ, ਅਸੀਂ ਜਿਹੜਾ ਤੁਹਾਡੇ ਪੁੱਤ ਦਾ ਘਾਟਾ ਪਿਆ ਉਹ ਪੂਰਾ ਨਹੀਂ ਕਰ ਸਕਦੇ। ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਤੁਹਾਨੂੰ ਇੱਦਾਂ ਇੱਥੋਂ ਛੱਡ ਕੇ ਜਾਈਏ, ਜਾਂ ਕੀ ਕਿਹੜੇ ਮੂੰਹ ਨਾਲ ਤੁਹਾਨੂੰ ਫੜਕਈਏ ਕਿ ਮਾਤਾ ਜੀ ਅਸੀਂ ਚੱਲੇ ਹਾਂ। ਇੱਕ ਮੈਂ ਬੇਨਤੀ ਕਰਨਾ ਚਾਹਾਂ ਸਰਕਾਰਾਂ ਨੂੰ, ਇਸ ਸਾਡੇ ਇਲਾਕੇ ਦੇ ਵਿੱਚ ਜਿੰਨੇ ਸ਼ਹੀਦ ਪਰਿਵਾਰ ਹੋਏ ਨੇ, ਇਸ ਇਲਾਕੇ ਵਿੱਚ ਕੋਈ ਨਾ ਕੋਈ ਮੈਡੀਕਲ ਸੁਵਿਧਾ ਉਹਨਾਂ ਸ਼ਹੀਦਾਂ ਦੇ ਨਾਮ 'ਤੇ ਜੇ ਹੋਣੀ ਚਾਹੀਦੀ ਹੈ। ਸਾਡੇ ਇਲਾਕੇ ਨੂੰ ਸ਼ਾਮ ਨੂੰ, ਹੁਣ ਤਾਂ ਚਲੋ ਕਰੋਨਾ ਚੱਲ ਰਿਹਾ ਹੈ, ਅਨੰਦਪੁਰ ਸਾਹਿਬ ਤੋਂ ਜਾਂ ਗੜ੍ਹ ਸ਼ੰਕਰ ਤੋਂ, ਰੂਪਨਗਰ ਤੋਂ, ਬਲਾਚੌਰ ਤੋਂ ਜਾਂ ਗੁੰਗਾ ਸਾਹਿਬ ਤੋਂ, ਰਾਤ ਨੂੰ ਕਿਸੇ ਵੀ 7 ਵਜੇ ਤੋਂ ਬਾਅਦ ਕੋਈ ਵੀ ਸਰਵਿਸ ਨਹੀਂ ਹੈਗੀ। ਐਮਰਜੈਂਸੀ ਜੇ ਕਿਸੇ ਨਾਲ ਆਉਣਾ ਜਾਣਾ, ਕੋਈ ਮੈਡੀਕਲ ਸੁਵਿਧਾ ਨਹੀਂ ਹੈਗੀ। ਜੇ ਐਮਰਜੈਂਸੀ ਕਿਸੇ ਨੇ ਜਾਣਾ, ਪ੍ਰਾਈਵੇਟ ਹੋਸਪਿਟਲ ਨੇ, ਅਤੇ ਸਰਕਾਰਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇਣ। ਅੱਜ ਇੱਕ ਮਾਂ ਦੇ ਹੰਝੂ ਬਿਆਨ ਕਰਦੇ ਨੇ ਕਿ ਪੁੱਤਰ ਦਾ ਦਰਦ ਕਿਆ, ਪੁੱਤਰ ਦਾ ਪਿਆ ਵਿਛੋੜਾ, ਰੱਬਾ ਕੀ ਆ ਗਿਆ ਲੋੜਾ, ਦਸ ਨਾਲ ਗਿਆ ਟਿਕਾਣਾ ਜਾਂਦੀ ਵਾਰ ਦਾ, ਮਾਂ ਰੋ ਰੋ ਕਰ ਲਾਵੇ, ਦਸ ਜਾ ਕੁਲਵਿੰਦਰਾ ਟਿਕਾਣਾ ਜਾਂਦੀ ਵਾਰ ਦਾ, ਮਾਂ ਰੋ ਰੋ ਕਰ ਲਾਵੇ।